ਸੋਹਿਲਾ ਰਾਗ ਗਉੜੀ ਦੀਪਕੀ ਮਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਜੈ ਘਰ ਕੀਰਤ ਆਖੀਐ ਕਰਤੇ ਕਾ ਹੋਏ ਵਿਚਾਰੋ ਤਿਤ ਘਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ তুম گاవో میرے Nirbhau ਕਾ ਸੋਹਲਾ ਹਾਂ ਵਾਰੀ ਜਿਤ ਸੋਹਲਾ ਸਦਾ ਸੁਖ ਹੋਏ ਰਾਹਾਉ ਨੇਤ ਨੇਤ ਜਿਹੜੇ ਸੰਭਾਲਿਆ ਨਾ ਦੇਖੇਗਾ ਦੇਵਨਹਾਰ ਤੇਰੇ ਦਨਹ ਕੀਮਤ ਨਾ ਪਵੈ ਇਸ ਦਾ ਤੇ ਕਵਨ شمار ਸੰਬਤੋ ਸਾਹ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਂ ਸੜੀਆਂ ਜਿਉ ਹੂ ਵੈ ਸਾਬ ਸਿਉ ਮੇਲੋ ਘਰ ਘਰ ਇਹੋ ਪਹੁੰਚਾ ਸਦੜੇ ਨਿਤ ਪਵਨ ਸਦਨ ਹਾਰਾ ਸਿਮਰੀਐ ਨਾਨਕ ਸੇਹ ਦੇ ਆਵਣ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ ਗੁਰਪਿਆਰੀ ਸਾਧ ਸੰਗਤ ਜੀ ਜਿਵੇਂ ਆਪਾਂ ਜਪ ਬਾਣੀ ਦੀ ਪਹਿਲਾਂ ਵਿਚਾਰ ਬੜੇ ਪਿਆਰ ਨਾਲ ਸਰਵਣ ਕੀਤੀ ਉਸ ਤੋਂ ਬਾਅਦ ਆਪਾਂ ਸੋਧਾਰ ਤੇ ਸੋਪੁਰਖ ਬਾਣੀ ਦੀ ਵਿਚਾਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਅੱਜ ਆਪਾਂ ਸੋਹਲਾ ਬਾਣੀ ਦੀ ਵਿਚਾਰ ਤੁਹਾਡੇ ਨਾਲ ਆਰੰਭ ਕਰਨ ਜਾ ਰਹੇ ਹਾਂ ਸੋਹਲਾ ਬਾਣੀ ਦਾ ਪਹਿਲਾ ਸ਼ਬਦ ਜੋ ਸਿੱਖ ਧਰਮ ਦੀ ਬਾਣੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ 12 ਨੰਬਰ ਅੰਗ ਤੇ ਇਹ ਸ਼ਬਦ ਸੁਭਾਈਮਾਨ ਹੈ ਇਹ ਸ਼ਬਦ ਦਾ ਪਾਠ ਆਪਾਂ ਹੁਣੇ ਹੀ ਬੜੇ ਟਿਕਾ ਨਾਲ ਸਾਰਿਆਂ ਨੇ ਪੜ੍ਹਿਆ ਸੁਣਿਆ ਹੈ ਇਸ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਕੀ ਉਪਦੇਸ਼ ਬਖਸ਼ਿਸ਼ ਕਰਦੇ ਨੇ ਆਓ ਬੜੇ ਪਿਆਰ ਨਾਲ ਸਭ ਤੋਂ ਪਹਿਲਾਂ ਆਪਾਂ ਸ਼ਬਦ ਦੇ ਸਰਲੇਖ ਵੱਲ ਧਿਆਨ ਦਈਏ ਸੋਹਿਲਾ ਬਾਣੀ ਦਾ ਨਾਮ ਹੈ ਜਿਸ ਦਾ ਅਰਥ ਹੈ ਖੁਸ਼ੀ ਦਾ ਗੀਤ ਸੁਹਾਗ ਦਾ ਗੀਤ ਫਿਰ ਅੱਗੇ ਜਾ ਕੇ ਹੁੰਦਾ ਹੈ ਰਾਗ ਗੌੜੀ ਦੀਪਕੀ ਇੱਥੇ ਹੁਣ ਤੁਸੀਂ ਨੋਟ ਕੀਤਾ ਹੋਵੇਗਾ ਦੋ ਨਾਮ ਇਕੱਠੇ ਆਏ ਨੇ ਗੌੜੀ ਤੇ ਦੀਪਕੀ ਕਿਉਂਕਿ ਇਹ ਦੋ ਰਾਗਾਂ ਦਾ ਸਮੇਲ ਹੈ ਸ਼ਬਦ ਵਿੱਚ ਇਹਨੂੰ ਆਪਾਂ ਮਿਸ਼ਰਤ ਰਾਗ ਕਹਿੰਦੇ ਆ ਇਦਾਂ ਹੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਛੇ ਰਾਗ ਮਿਸ਼ਰਤ ਰਾਗ ਨੇ ਵੈਸੇ 31 ਰਾਗ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਪਰ ਛੇ ਰਾਗ ਐਸੇ ਨੇ ਜਿਹੜੇ ਮਿਸ਼ਰਤ ਰਾਗ ਨੇ ਜਿਨ੍ਹਾਂ ਵਿੱਚ ਜਿਵੇਂ ਗੌੜੀ ਦੀਪਕੀ ਸੂਹੀ ਲਲਤ ਆਸਾ ਕਾਫੀ ਪਰਭਾਤੀ ਤੇ ਵਿਭਾਸ ਇਦਾਂ ਹੀ ਕਲਿਆਣ ਵਿਭਾਲੀ ਇਦਾਂ ਛੇ ਰਾਗ ਜਿਹੜੇ ਨੇ ਉਹ ਮਿਸ਼ਰਤ ਰਾਗ ਜਿਹੜੇ ਆ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਵਰਤੇ ਗਏ ਹਨ ਤੇ ਜਦੋਂ ਆਪਾਂ ਬੜੇ ਪਿਆਰ ਨਾਲ ਇਦਾਂ ਪੜਦੇ ਜਿਵੇਂ ਬਸੰਤ ਹਿੰਡੋਲ ਇਦਾਂ ਹੀ ਇਹ ਇਹ ਛੇ ਰਾਗ ਨੇ ਜਿਨ੍ਹਾਂ ਵਿੱਚ ਇਹ ਦੋ ਰਾਗ ਇਕੱਠੇ ਕੇ ਸ਼ਬਦ ਵਿੱਚ ਸਾਨੂੰ ਗਾਉਣ ਦੀ ਗੁਰਦੇਵ ਜੀ ਵੱਲੋਂ ਹਦਾਇਤ ਦਿੱਤੀ ਗਈ ਹੈ। ਤੋਂ ਇਹ ਜਿਹੜਾ ਸ਼ਬਦ ਹੈ ਜਿਸ ਦਾ ਆਪਾਂ ਪਾਠ ਕੀਤਾ ਇਥੇ ਤੁਸੀਂ ਵੇਖਿਆ ਹੋਵੇਗਾ ਗੌੜੀ ਦੀਪਕੀ। ਗੌੜੀ 메ਨ ਰਾਗ ਹੈ ਦੀਪਕੀ ਨਾਲ ਇਹਦੇ ਐਡ ਕੀਤਾ ਹੋਇਆ ਪਾਵੇ ਨੂੰ ਆਪਾਂ ਮਿਸ਼ਰਤ ਰਾਗ ਕਹ ਦਈਏ। ਵੀ ਇਹ ਮਿਸ਼ਰਤ ਰਾਗ ਨੇ ਪ੍ਰੋਫੈਸਰ ਸੈਵ ਸਿੰਘ ਜੀ ਨੇ ਬਹੁਤ ਸੋਹਣਾ ਜਿਹੜਾ ਜਦੋਂ ਦਰਪਣ ਲਿਖੇ ਨੇ ਤੇ ਇਹਨਾਂ ਰਾਗਾਂ ਬਾਰੇ ਉਹਨਾਂ ਨੇ ਨਾਲ-ਨਾਲ ਜਾਣਕਾਰੀ ਵੀ ਦਿੱਤੀ ਹੋਈ ਨੇ। ਤੋਂ ਜਿਹੜੇ ਸਰੋਤੇ ਤੁਹਾਡੇ ਵਿੱਚੋਂ ਬਾਣੀ ਸਮਝ ਕੇ ਪੜਨ ਵਾਲੇ ਨੇ ਉਹਨਾਂ ਨੂੰ ਤਾਂ ਇਹਨਾਂ ਗੱਲਾਂ ਦੀ ਰੁਚੀ ਹੁੰਦੀ ਉਹ ਕੁਝ ਸਿੱਖਣਾ ਚਾਹੁੰਦੇ ਆ ਤੇ ਜ ਬਹੁਤੇ ਨੇ ਜਿਹੜੇ ਸਰਵ ਨਮਸਕਾਰਾਂ ਕਰਨ ਤੱਕ ਹੀ ਸੀਮਤ ਹੁੰਦੇ ਨੇ ਜੇ ਆਪਾਂ ਵੇਖਦੇ ਆਂ ਵੀ ਉਂਗਲਾਂ ਤੇ ਗਿਣਨ ਵਾਲੇ ਜਿਨ੍ਹਾਂ ਬਾਰੇ ਬਾਣੀ ਕਹਿੰਦੀ ਖੋਜੀ ਉਪਜੇ ਤੇ ਬਾਦੀ ਬਿੰਸ ਹੈ ਵੀ ਜਿਹੜਾ ਖੋਜੀ ਬਿਰਤੀ ਵਾਲਾ ਉਹ ਉਹ ਅੱਗੇ ਵੱਧਾ ਹੈ ਉਹ ਕੁਝ ਸਿੱਖਣ ਦੀ ਇੱਛਾ ਰੱਖਦਾ ਹੈ ਤੇ ਕਈ ਵਾਰ ਬਾਦ ਬਾਦ ਵਿੱਚ ਹੀ ਆਪਣੀ ਜ਼ਿੰਦਗੀ ਜਿਹੜੀ ਹੈ ਉਹ ਵਿਅਰਥ ਗਵਾ ਕੇ ਵੀ ਪੁੱਛੀ ਜਾਣਾ ਉਹਨੂੰ ਪੁੱਛ ਲਓ ਉਹਨੂੰ ਪੁੱਛ ਲਓ ਤੇ ਆਪ ਸਿੱਖਣ ਦੀ ਕੋਸ਼ਿਸ਼ ਨਹੀਂ ਕਰਨੀ ਤਾਂ ਖੈਰ ਇਥੇ ਆਪਾਂ ਪੜਿਆ ਵੀ ਰਾਗ ਗੌੜੀ ਦੀਪਕੀ ਮਹੱਲਾ ਪਹਿਲਾ ਮਹਲਦਾਰ ਸੇ ਸਰੀਰ ਤੇ ਪਹਿਲਾ ophag ਪਹਿਲੇ ਸਰੀਰ ਦੁਆਰਾ ਉਚਾਰਨ ਕੀਤੀ ਹੋਈ ਬਾਣੀ ਇਹ ਸਰਲੇਖ ਹੈ ਸ਼ਬਦਾਂ ਅੱਗੇ ਇੱਕ ਓੰਕਾਰ ਜਦੋਂ ਆਪਾਂ ਮੰਗਲਾ ਚਰਨ ਪੜਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਹ ਇੱਕ ਦਾ ਅਰਥ ਵਾ ਪਰਮੇਸ਼ਰ ਇੱਕ ਹੈ ਓੰਕਾਰ ਉਹ ਸਰਬ ਵਿਆਪਕ ਹੈ ਇੱਕ ਰਸ ਸਾਰਿਆਂ ਵਿੱਚ ਵਿਆਪਕ ਹੈ ਗੁਰ ਪ੍ਰਸਾਦ ਪਾਉ ਗੁਰੂ ਦੇ ਪ੍ਰਸਾਦ ਸਦਕਾ ਮਿਲਦਾ ਸਤਿਦਾਰ ਤੇ ਸਦੀਵ ਹੋਂਦ ਵਾਲਾ ਏਕ ਓੰਕਾਰ ਸਤ ਸਦਾ ਅਰਥਾ ਸਦੀਵ ਰਹਿਣ ਵਾਲਾ ਹਮੇਸ਼ਾ ਰਹਿਣ ਵਾਲਾ ਇਹ ਵੀ ਅੱਜ ਹੈਗਾ ਤੇ ਕੱਲ ਨੂੰ ਨਹੀਂ ਹੋਏਗਾ ਹੁਣ ਮੰਨ ਲਓ ਆਪਾਂ ਕੋਈ ਵੀ ਫਲਾਣਾ ਬੰਦਾ ਵੀ ਤਿੱਕੋ ਹੀ ਹੈ ਉਹ ਜੀ ਅੱਜ ਹੈਗਾ ਕੱਲ ਨਹੀਂ ਨਾ ਹੋਣਾ ਉਹ ਜੇ ਅੱਜ ਹੈਗਾ ਜ਼ਰੂਰੀ ਨਹੀਂ ਵੀ ਕੱਲ ਵੀ ਹੋਏਗਾ ਇਹ ਆਦ ਸੱਚ ਹੈ ਜੁਗਾਲ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓੰਕਾਰ ਸਤ ਗੁਰ ਪ੍ਰਸਾਦ ਗੁਰੂ ਦੇ ਪ੍ਰਸਾਦ ਸਦਕਾ ਉਸ ਇੱਕ ਦੀ ਜਿਹੜਾ ਸਰਵ ਵਿਆਪਕ ਹੈ ਜਿਹੜਾ ਜ਼ਰੇ-ਜ਼ਰੇ ਵਿੱਚ ਵਸਿਆ ਹੋਇਆ ਹੈ ਉਹਦੇ ਨਾਲ ਸਾਡੀ ਸਾਂਝ ਪੈਂਦੀ ਹੈ ਤੋਂ ਗੁਰਦੇਵ ਜੀ ਨੇ ਇਸ ਸ਼ਬਦ ਵਿੱਚ ਜੋ ਵਿਚਾਰ ਬਖਸ਼ਿਸ਼ ਕੀਤੀ ਹੈ ਜਿਹੜਾ ਸਰਲੇਖ ਬਾਣੀ ਦਾ ਇਹ ਸੋਲਾ ਰਹਾਉ ਦੇ ਬੰਦ ਵਿੱਚ ਵੀ ਗੱਲ ਉਸੇ ਸੋਲੇ ਤੋਂ ਸ਼ੁਰੂ ਕੀਤੀ ਹੈ ਤੋਂ ਗੁਰਦੇਵ ਜੀ ਬੜੇ ਪਿਆਰ ਨਾਲ ਫਰਮਾਉਂਦੇ ਨੇ ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਤੁਮ ਗਾਵੋ اے ਭਾਈ ਤੁਸੀਂ ਵੀ ਉਸ ਮੇਰੇ ਨਿਰਭਉ ਪ੍ਰਮਾਤਮਾ ਦਾ ਸੋਹਿਲਾ ਗਾਓ ਭਾਵ ਉਹਦੇ ਖੁਸ਼ੀ ਦੇ ਗੀਤ ਗਾਓ ਉਹਦੀ ਸਿਰਸਲਾ ਕਰੋ ਉਹਦੀ ਮਹਿਮਾ ਕਰੋ ਕਹਿ ਲਗੇ ਤੂੰ ਗਾਵੋ ਮੇਰੇ ਨਿਰਭਉ ਦਾ ਸੋਹਲਾ ਮਹਾਰਾਜ ਕੀ ਹੋਏ ਕਹਿੰਦੇ ਹਾਂ ਵਾਰੀ ਮੈਂ ਕੁਰਬਾਨ ਜਾਂਨਾ ਜੇ ਤ ਸੋਹਲਾ ਸਦਾ ਸੁਖ ਹੋਏ ਮੈਂ ਉਸ ਖੁਸ਼ੀ ਦੇ ਗੀਤ ਤੋਂ ਕੁਰਬਾਨ ਜਾਂਨਾ ਜਿਹਦੇ ਨਾਲ ਜ਼ਿੰਦਗੀ ਵਿੱਚ ਸਕੂਨ ਮਿਲਦਾ ਹੈ ਸੁਖ ਮਿਲਦਾ ਹੈ ਉਹ ਜਿਹੜਾ ਸ਼ੋਲਾ ਸੋਹਲਾ ਸ਼ਬਦ ਹੈ ਨਾ ਇਹਨੂੰ ਆਪਾਂ ਆਮ ਆਪਣੀ ਭਾਸ਼ਾ ਵਿੱਚ ਕਿ ਤੂੰ ਕੀ ਫਲਾਣੇ ਬੰਦੇ ਦੇ ਸੋਲੇ ਗਾਈ ਜਾਂਦਾ ਹੈ ਤੁਸੀਂ ਕਦੀ ਨੋਟ ਕਰਿਓ ਆਪਾਂ ਆਮ ਆਪਣੀ ਜਦੋਂ ਗੱਲਬਾਤ ਵਿੱਚ ਇਹ ਸ਼ਬਦ ਆਮ ਹੀ ਸਾਡੇ ਪ੍ਰਚਲਿਤ ਹੈ ਤੂੰ 24 ਘੰਟੇ ਫਲਾਣੇ ਦੇ ਸੋਲੇ ਗਾਈ ਜਾਂਦਾ ਹੈ ਹੁਣ ਵੇਖੋ ਇੱਥੇ ਹਰ ਬੰਦਾ ਕਿਸੇ ਨਾ ਕਿਸੇ ਦੇ ਸੋਲੇ ਗਾ ਰਿਹਾ ਹੈ ਜਿਹੜਾ ਕਿਸੇ ਪੋਲੀਟੀਕਲ ਪਾਰਟੀ ਨਾਲ ਜੁੜਿਆ ਹੋਇਆ ਹੈ ਰਾਜਨੀਤਿਕ ਧੜੇ ਨਾਲ ਜੁੜਿਆ ਹੋਇਆ ਭਾਵੇਂ ਦੂਜੇ ਧੜੇ ਦਾ ਬੰਦਾ ਚੰਗਾ ਕੰਮ ਵੀ ਕਰ ਦਵੇ ਪਰ ਤਾਂਵੇਂ ਬੰਦੇ ਹੁੰਦੇ ਨੇ ਜਿਹੜਾ ਵਿਰੋਧੀ ਧਿਰ ਦਾ ਵੀ ਆਪਣੇ ਮੂੰਹ ਚੋਂ ਇਸ ਕਰਕੇ ਨਾ ਲਵੇ ਵੀ ਕੰਮ ਚੰਗਾ ਹੈ ਭਾਵੇਂ ਸਾਡੇ ਧੜੇ ਦਾ ਨਹੀਂ ਨਹੀਂ ਤੇ ਬੰਦਾ ਆਪਣੇ ਧੜੇ ਦੀ ਆਪਣੇ ਲੀਡਰ ਦੀ ਭਾਵੇਂ ਕੋਈ ਬੁਰਾਈ ਵੀ ਹੋਵੇ ਉਹਨੂੰ ਚੰਗਿਆਈ ਬਣਾ ਕੇ ਪੇਸ਼ ਕਰਦਾ ਹੈ ਜਿਹੜੇ ਲੋਕ politcal ਬੰਦਿਆਂ ਨਾਲ ਰਾਜਨੀਤਿਕ ਬੰਦਿਆਂ ਨਾਲ ਜੁੜੇ ਹੋਏ ਨੇ ਉਹ ਉਹਨਾਂ ਦੇ ਸੋਲੇ ਗਾਈ ਜਾਂਦੇ ਨੇ ਜਿਹੜਾ ਕਿਸੇ ਡੇਰੇਦਾਰ ਨਾਲ ਜੁੜਿਆ ਹੈ ਉਹ ਡੇਰੇਦਾਰ ਦੇ ਸੋਲੇ ਗਾਈ ਜਾਂਦਾ ਹੈ ਉਹ ਕਹਿੰਦਾ ਜੀ ਭਾਵੇਂ ਉਹਨਾਂ ਦਾ ਡੇਰੇਦਾਰ ਕੋਈ ਬਾਬਾ ਗਲਤ ਗੱਲ ਵੀ ਗਵੇ ਉਨੂੰ ਉਹ ਗੁਣ ਬਣਾ ਕੇ ਪੇਸ਼ ਕਰਦੇ ਆ। ਤੋਂ ਇਹਦੇ ਨਾਲ ਆਪਾਂ ਇਹ ਦੇਖ ਸਕਦੇ ਆ ਜਿਹੜਾ ਬੰਦਾ ਕਿਸੇ ਪ੍ਰਚਾਰਕ ਨਾਲ ਵੀ ਜੁੜਿਆ ਹੈ। ਭਾਵੇਂ ਪ੍ਰਚਾਰਕ ਉਹ ਉਹ ਗੱਲ ਸਹੀ ਨਾ ਵੀ ਕਰੇ। ਉਹਦੀ ਗਲਤ ਗੱਲ ਨੂੰ ਵੀ ਗੁਣ ਬਣਾ ਕੇ ਪੇਸ਼ ਕੀਤਾ ਜਾਂਦਾ। ਤੋਂ ਜਦੋਂ ਸੋਹਲਾ ਹੀ ਗਾਉਣਾ ਹੈ ਨਾ ਮਹਾਰਾਜ ਕਹਿੰਦੇ ਕਿ ਤੂੰ ਬੰਦਿਆਂ ਦੇ ਸੋਹਲੇ ਨਾ ਗਾ। ਤੂੰ ਸੋਹਲਾ ਉਹਦਾ ਗਾ ਜਿਹਦੇ ਸੋਹਲੇ ਗਾਉਣ ਨਾਲ ਤੂੰ ਨਿਰਭਉ ਦੀ ਪਦਵੀ ਪ੍ਰਾਪਤ ਕਰ ਸਕੇ। ਇਹ ਸੋਹਲਾ ਸਾਹਿਬ ਬਾਣੀ ਆਪਾਂ ਜਦੋਂ ਆਰੰਭ ਕਰ ਰਹੇ ਆ ਬੇਹੋ ਕਿਹੜਾ ਪਿਆਰਾ ਸ਼ਬਦ ਵਰਤੇ ਇੱਥੇ ਕਿ ਤੁਮ ਗਾਓ ਤੁਸੀਂ ਗਾਓ ਏ ਭਾਈ ਗੁਰਸਿੱਖੋ ਪਿਆਰਿਓ ਤੁਸੀਂ ਗਾਓ ਕਿਹਦਾ ਤੁਮ ਗਾਓ ਮੇਰੇ ਨਿਰਭਉ ਕਾ ਸੋਹਲਾ ਮੇਰੇ ਉਸ ਨਿਰਭਉ ਪ੍ਰਮਾਤਮਾ ਦਾ ਤੁਸੀਂ ਵੀ ਸੋਹਲਾ ਗਾਓ ਖੁਸ਼ੀ ਦਾ ਗੀਤ ਗਾਓ ਉਹਦੀ ਮਹਿਮਾ ਕਰੋ ਉਹਦੀ ਤਾਰੀਫ ਕਰੋ ਭਾਵ ਆਪਣੀ ਜ਼ਿੰਦਗੀ 'ਚ ਹੁਣ ਇੱਥੇ ਤਾਰੀਫ ਕਰਨ ਦਾ ਅਰਥ ਕੀ ਗਾਉਣ ਦਾ ਅਰਥ ਕੀ ਇੱਥੇ ਗਾਉਣ ਦਾ ਅਰਥ ਹੈ ਉਹ ਗੁਣ ਉਹ ਸਿੱਖਿਆ ਆਪਣੀ ਜ਼ਿੰਦਗੀ ਵਿੱਚ ਹੁਣ ਜਦੋਂ ਬਾਣੀ 'ਚ ਇਹ ਸ਼ਬਦ ਵਰਤੇ ਵੀ ਤੇਰੇ ਕਾਹਣ ਕਾਹਣ ਗੁਣ ਕਹਿ ਕਹਿ ਗਾਵਾਂ ਤੋ ਸਾਹਿਬ ਗੁਣੀ ਨਿਧਾਨਾ ਗੁਣ ਕੌਣ ਦਾ ਅਰਥ ਹੈ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਪ੍ਰਗਟ ਕਰਨਾ ਉਹਨਾਂ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚੋਂ ਪੈਦਾ ਕਰਨਾ ਇਹ ਗੁਣ ਗਾਉਣਾ ਹੈ ਨਹੀਂ ਤੇ ਇਥੇ ਸੰਸਾਰ ਤੇ ਬੜੇ ਲੋਕ ਨੇ ਜ਼ੁਬਾਨੀ ਕਲਾਮੀ ਦੂਜਿਆਂ ਦੀਆਂ ਤਾਰੀਫਾਂ ਤੇ ਵਡਿਆਈਆਂ ਕਰਨ ਵਾਲੇ ਇਥੇ ਪਾਸ਼ਕਦੇ ਤੂੰ ਗਾਵੋ ਮੇਰੇ ਨਿਰਭਉ ਕਾ ਸੋਇਲਾ ਹੋਂ ਵਾਰੀ ਮੈਂ ਕੁਰਬਾਨ ਜਾਣਾ ਵਾਂ ਵਾਰੇ ਜਾਣਾ ਵਾਂ ਉਸ ਸੋਇਲੇ ਤੋਂ ਉਸ ਖੁਸ਼ੀ ਦੇ ਗੀਤ ਤੋਂ ਹੋਂ ਵਾਰੀ ਜੇਤ ਸੋਲੇ ਸਦਾ ਸੁਖ ਹੋਏ ਹੁਣ ਉਸ ਹੁਣ ਵੇਖੋ ਬੰਦਿਆਂ ਦੇ ਸੋਲੇ ਗਾਉਣ ਨਾਲ ਅੰਦਰੋਂ ਸੁਖ ਨਹੀਂ ਮਿਲਣਾ ਇਹ ਗੱਲ ਪੱਕਾ ਜਿਹੜੇ ਬੰਦਿਆਂ ਦੇ ਸੋਲੇ ਗਾਉਂਦੇ ਨੇ ਉਹਨਾਂ ਨੂੰ ਅੰਦਰੋਂ ਸਕੂਨ ਥੋੜਾ ਮਿਲਦਾ ਕਿਸੇ ਡੇਰੇਦਾਰ ਦੀਆਂ ਤਰੀਫਾਂ ਕਰਦੇ ਨੇ ਥੱਕ ਜਦੋਂ ਉਹ ਗਲਤ ਸਾਬਤ ਹੋ ਜਾਂਦਾ ਫਿਰ ਚੁੱਪ ਕਰ ਜਾਂਦੇ ਕਹਿੰਦੇ ਵਡਿਆਈ ਉਹਦੀ ਕਰ ਜਿਹਦੀ ਵਡਿਆਈ ਕਰਨ ਤੋਂ ਬਾਅਦ ਤੈਨੂੰ ਸ਼ਰਮਿੰਦਗੀ ਦਾ ਸਾਹਮਣਾ ਨਾ ਕਰਨਾ ਪਵੇ ਕਿ ਆ ਮੈਂ ਕੀ ਬੋਲ ਬੈਠਾ ਇਹਦੇ ਬਾਰੇ ਇਹ ਗੀਤ ਹੀ ਗਾਉਣਾ ਹੈ ਜੇ ਵਡਿਆਈ ਕਰਨੀ ਹੈ ਜੇ ਤਾਰੀਫ ਹੀ ਕਰਨੀ ਹੈ ਤੇ ਉਹਦੀ ਕਰ ਜੇ ਦੀ ਵਡਿਆਈ ਕਰਨ ਨਾਲ ਤੇਰੇ ਅੰਦਰ ਨੂੰ ਠੰਡ ਪਵੇ ਹੁਣ ਕਈ ਵਾਰੀ ਵੇਖਿਆ ਨਾ ਤੁਸੀਂ ਬੰਦਾ ਆਪਣਾ ਕੰਮ ਕਢਾਉਣਦਿਆਂ ਮਾਰਿਆਂ ਵੀ ਦੂਜਿਆਂ ਦੇ ਸੋਲੇ ਗਉਂਦਾ ਆਪਾਂ ਰਾਜਨੀਤਿਕ ਬੰਦਿਆਂ ਦੇ ਵੇਖਦੇ ਨਹੀਂ ਉਥੇ ਲਿਖਿਆ ਨਹੀਂ ਵੀ ਆ ਕਾਪਣ ਸਵਾਏ ਆਏ ਬਹਿੰਗੁਰੇ ਆਗੇ ਜੋ ਬਗਲ ਉਸਮਾਦ ਲਗਾਈ ਹੈ ਜਿਵੇਂ ਆਪਾਂ ਸੰਸਾਰੀ ਤੌਰ ਤੇ ਵੀ ਵੇਖਦੇ ਆ ਵੀ ਗੁਰੂ ਦੇ ਕੋਲ ਵੀ ਲੋਕ ਆਪਣਾ ਕੰਮ ਕਢਾਉਣ ਵਾਸਤੇ ਆਣ ਕੇ ਸੋਲੇ ਗੁੰਦੇ ਨੇ ਮਹਾਰਾਜ ਤੁਸੀਂ ਹੋ ਤੁਸੀਂ ਸਭ ਕੁਝ ਕਰਨ ਵਾਲੇ ਹੋ ਬੰਦਿਆਂ ਨਾਲ ਵੀ ਇੰਜ ਹੋ ਰਿਹਾ ਪਤਾ ਵੀ ਹੁੰਦਾ ਵੀ ਆਹ ਰਾਜਨੀਤਿਕ ਬੰਦਾ ਸਹੀ ਨਹੀਂ ਹੈ ਇਹਨੇ ਸਾਡੇ ਇਲਾਕੇ ਦਾ ਕੋਈ ਵਿਕਾਸ ਨਹੀਂ ਕੀਤਾ ਨੁਕਸਾਨ ਕੀਤਾ ਅੱਛਾ ਚਾਰ ਬੰਦਿਆਂ ਚ ਬਹਿ ਬਹਿ ਕੇ ਉਹਦੇ ਬਾਰੇ ਗੱਲਾਂ ਕਰਨਗੇ ਜਦੋਂ ਉਹ ਬੰਦਾ ਸਾਹਮਣੇ ਪਿੰਡ ਵਿੱਚ ਕਿਤੇ ਆ ਜਾਏਗਾ ਮੈਕ ਫੜ ਕੇ ਫਿਰ ਉਹਦੀਆਂ ਤਾਰੀਫਾਂ ਕਰਨਗੇ ਵੀ ਇਹ ਤੇ ਬੰਦਾ ਹੀ ਬੜਾ ਵਧੀਆ ਜੀ ਇਹਦਾ ਤੇ ਇਲਾਕੇ ਦਾ ਇਹਨੇ ਇਲਾਕੇ ਦਾ ਸਾਡਾ ਵਿਕਾਸ ਬੜਾ ਕੀਤਾ ਜੀ ਸਾਨੂੰ ਮਾਣ ਐਸੇ ਲੀਡਰ ਤੇ ਜੀ ਇਦਾਂ ਵੀ ਕਹਿੰਦੇ ਨੇ ਵੀ ਲੀਡਰ ਦਾ ਨਾਮ ਲੈ ਕੇ ਵੀ ਪਹਿਰਾ ਦੇਾਂਗੇ ਠੋਕ ਕੇ ਉਹ ਲੀਡਰ ਨਾਲ ਤੇਰੀ ਸੋਚ ਤੇ ਪਹਿਰਾ ਦੇਾਂਗੇ ਠੋਕ ਕੇ ਉਹ ਉਹ ਜਿਹੜੇ ਲਾਗੇ ਬੰਦੇ ਬੈਠੇ ਹੁੰਦੇ ਹੱਸ ਰਹੇ ਹੁੰਦੇ ਨੇ ਵੀ ਕਿਹੜੀ ਸੋਚ ਤੇ ਹੁਣੇ ਤੇ ਉਹਦੀ ਸੋਚ ਦੀ ਤੁਸੀਂ ਨਖੇਦੀ ਕਰ ਰਹੇ ਸੀ ਕਹਿਣ ਲਗੇ ਵੀ ਉਸ ਉਸ ਸੋਹਲੇ ਦਾ ਕੀ ਫਾਇਦਾ ਉਸ ਉਹਦੀ ਤਾਰੀਫ ਦਾ ਕੀ ਫਾਇਦਾ ਜਿਹਦੇ ਨਾਲ ਤੁਹਾਨੂੰ ਅੰਦਰ ਨੂੰ ਸੋਖੀ ਨਾ ਮਿਲੇ ਸਕੂਨ ਹੀ ਨਾ ਮਿਲੇ ਮਾਰੇ ਕਹਿੰਦੇ ਜੇ ਤੁਸੀਂ ਗੀਤ ਹੀ ਗਾਉਣਾ ਜੇ ਤੁਸੀਂ ਕਿਸੇ ਦੀ ਵਡਿਆਈ ਕਰਨੀ ਤੇ ਉਹਦੀ ਕਰੋ ਜੇ ਦੀ ਵਡਿਆਈ ਕਰਨਾਲ ਤੁਹਾਡੇ ਅੰਦਰ ਨੂੰ ਸਕੂਨ ਮਿਲੇ। ਤੁਮ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਮੇਰੇ ਨਿਰਭਉ ਪ੍ਰਮਾਤਮਾ ਦਾ। ਵੇਖੋ ਇੱਕ ਗੱਲ ਦਾ ਖਿਆਲ ਰੱਖਣਾ ਨਿਰਭਉ ਜਿਹੜਾ ਨਿਰਭਉ ਹੋਏਗਾ ਉਹ ਨਰਵੈਰ ਵੀ ਹੋਏਗਾ ਇਹ ਗੁਣ ਨੇ। ਜਿਹੜਾ ਨਿਰਭਉ ਹੋਏਗਾ ਨਰਵੈਰ ਵੀ ਹੋਏਗਾ ਜਿਹੜਾ ਨਰਵੈਰ ਹੋਏਗਾ ਨਿਰਭਉ ਵੀ ਹੋਏਗਾ। ਇਹ ਗੁਣ ਆਪਸ ਵਿੱਚ ਅਟੈਚ ਨੇ। ਜਿਹੜਾ ਨਿਰਪਉ ਹੈ ਉਹ ਨਰਵੈਰ ਹੋਏਗਾ ਜਿਹੜਾ ਨਰਵੈਰ ਹੈ ਉਹ ਨਿਰਪਉ ਵੀ ਹੋਏਗਾ ਤੂੰ ਗਾਵੋ ਮੇਰੇ ਨਿਰਪਉ ਦਾ ਸੋਹਲਾ ਹੌਂ ਵਾਰੀ ਮੈਂ ਕੁਰਬਾਨ ਜਾਂਦਾ ਹੌਂ ਵਾਰੀ ਜਿਤ ਸੋਹਲਾ ਹੈ ਜਿਸ ਸੋਹਲੇ ਨਾਲ ਸਦਾ ਸੁਖ ਹੋਏ ਸਦਾ ਸੁਖ ਹੁਣ ਸਦਾ ਸੁਖੀ ਹੈ ਅੰਦਰ ਦੇ ਸੁਖ ਦੀ ਗੱਲ ਹੋ ਰਹੀ ਹੈ ਸਦਾ ਸੁਖ ਹੋਏ ਇਹ ਰਹਾਉ ਦਾ ਬੰਦ ਹੈ ਸ਼ਬਦ ਦਾ ਹੁਣ ਜਿਸ ਬਾਣੀ ਦਾ ਇਸ ਬਾਣੀ ਦਾ ਨਾਮ ਵੀ ਸੋਹਲਾ ਹੈ ਫਿਰ ਹਾਉ ਦੇ ਬੰਦ ਵਿੱਚ ਹੀ ਇਸੇ ਬਾਣੀ ਦਾ ਨਾਮ ਆ ਗਿਆ ਸੋਹਲੇਦਾਰ ਦਾ ਖੁਸ਼ੀ ਦਾ ਗੀਤ ਹਾਗ ਦਾ ਗੀਤ ਉਹ ਵੜਿਆਈ ਕਰ ਉਹ ਆਪਣੀ ਤਿਆਰੀ ਕਰ ਜਿਹਦੇ ਨਾਲ ਤੇਰੀ ਜ਼ਿੰਦਗੀ ਵਿੱਚ ਗੁਣ ਪੈਦਾ ਹੋ ਸਕੇ ਤਾਂ ਸਾਨੂੰ ਬਾਣੀ ਚੱਕਾ ਸੀ ਭਾਈ ਰੇ RAM ਕਹੋ ਚਿਤ ਲਾਏ ਏ ਭਾਈ RAM ਨੂੰ ਕਹੋ ਚਿਤ ਲਾ ਕੇ ਉਸ ਪਰਮੇਸ਼ਰ ਦੇ ਗੁਣ ਆਪਣੀ ਜ਼ਿੰਦਗੀ ਚ ਪੈਦਾ ਕਰੋ ਆਪਣੀ ਜ਼ਿੰਦਗੀ ਵਿੱਚੋਂ ਗੁਣ ਧਾਰਨ ਕਰੋ ਭਾਈ ਰੇ RAM ਕਹੋ ਚਿਤ ਲਾਏ ਹਰ ਜਸ ਵਖਰ ਲੈ ਚਲੋ ਸ਼ਹਿ ਦੇਖੇ ਪਤੀ ਆਏ ਰਗ ਜਾ ਕੇ ਆਖਿਆ ਇਸ ਮਨ ਨੂੰ ਸਮਝਾਓ ਕਿੱਦਾਂ ਸਮਝਾਉਣਾ ਹੈ ਇਸ ਮਨ ਦੇ ਵਿੱਚ ਸੱਚ ਦੀ ਵਿਚਾਰ ਨੂੰ ਪ੍ਰਗਟ ਕਰੋ ਇਸ ਮਨ ਦੇ ਉੱਤੇ ਜਿਹੜਾ ਔਗਣਾ ਦਾ ਭਾਰ ਹੈ ਉਹਨੂੰ ਲਾ ਕੇ ਗੁਨਾ ਦੀ ਵਿਚਾਰ ਲੱਦਣ ਦੀ ਕੋਸ਼ਿਸ਼ ਕਰੋ ਨਾਨਕ ਮਨ ਸਮਝਾਈ ਹੈ ਕਿੱਦਾਂ ਗੁਰ ਕੈ ਸ਼ਬਦ ਸਲਾਹ ਗੁਰੂ ਦੇ ਸ਼ਬਦ ਦੁਆਰਾ ਸਿਮਤ ਸਲਾਹ ਦੁਆਰਾ ਇਸ ਮਨ ਨੂੰ ਸਮਝਾਉਣ ਦੀ ਕੋਸ਼ਿਸ਼ ਕਰੋ ਨਾਨਕ ਮਨ ਸਮਝਾਈ ਹੈ ਗੁਰ ਕੈ ਸ਼ਬਦ ਸਲਾਹ RAM ਨਾਮ ਰੰਗ ਰਤਿਆਂ ਜਦੋਂ ਇਹ ਮਨ ਸੱਚ ਨਾਲ ਰਤਿਆ ਜਾਏਗਾ ਭਾਰ ਨਾ ਪਰਮ ਨਾ ਦੋ ਕਿਸਮ ਦਾ ਭਾਰ ਹੁੰਦਾ ਜਦੋਂ ਤੁਸੀਂ ਆਪਣੇ ਸਿਰ ਤੇ ਭਾਰ ਚੱਕਦੇ ਹੋ ਨਾ ਇਹ ਭਾਰ ਕਈ ਵਾਰੀ ਲੈ ਵੀ ਜਾਂਦਾ ਹੈ ਹੁਣ ਮੰਨ ਲਓ ਆ ਬੰਦੇ ਨੇ ਆਪਣੇ ਸਿਰ ਤੇ ਬੋਝ ਚੱਕਿਆ ਹੈ ਬੋਝ ਚੱਕਦਾ ਬੰਦਾ ਰਾਤ ਨੂੰ ਸੌਣ ਲੱਗਿਆ ਥੋੜਾ ਸਿਰ ਤੇ ਬੋਝ ਆ ਉਹ ਸਰੀਰ ਵਾਲਾ ਭਾਰ ਤੇ ਲਹਿ ਗਿਆ ਮੰਨ ਲਓ ਭਾਵੇਂ ਕੋਈ ਬੰਦਾ ਸਿਰ ਦੇ ਉੱਤੇ ਕੋਈ ਕਿਸੇ ਦੀ ਮਜ਼ਦੂਰੀ ਕਰਦਾ ਹੈ ਛਿਛ ਦੇਸ਼ਨਾ ਤੇ ਆਪਾਂ ਵੇਖਦੇ ਆ ਜਿਹੜੇ ਕੁੱਲੀ ਲੋਕ ਨੇ ਉਹ ਸਿਰ ਤੇ 2-2 3-3 ਸੂਟਕੇ ਚੱਕਦੇ ਇੱਕ ਦਾ ਸੂਟਕੇ ਹੱਥ ਵਿੱਚ ਫੜਿਆ ਹੁੰਦਾ ਕਿੰਨਾ ਬੋਝ ਚੱਕਦੇ ਆ ਉਹ ਉਹ ਜਿਹਨੂੰ ਰਾਤ ਨੂੰ ਸੁੰਦੇ ਉਦੋਂ ਥੋੜਾ ਹੁੰਦੇ ਸਿਰ ਤੇ ਬੋਝ ਹੈ ਪਰ ਜਿਹੜਾ ਮੰਨਤੇ ਬੋਝ ਹੁੰਦਾ ਹੈ ਨਾ ਉਹ ਰਾਤ ਨੂੰ ਸੁੱਤੇ ਪਿਆ ਵੀ ਹੁੰਦਾ ਹੈ ਉਹ ਬੋਝ ਕਾ ਦਾ ਉਹ ਵਹਿਮਾਂ ਦਾ ਉਹ ਭਰਮਾਂ ਦਾ ਪਖੰਡ ਦਾ ਕਰਮ ਕੰਨ ਦਾ ਅਮਨਿਕ ਮੇਰੇ ਮੰਨਤੇ ਬੋਝ ਹੈ ਕਿ ਬੰਦੇ ਨੇ ਬੇਈਮਾਨੀ ਕਰਕੇ ਘਰ ਤੇ ਬਣਾ ਲਿਆ ਬੇਈਮਾਨੀ ਕਰਕੇ ਬਿਜ਼ਨਸ ਤੇ ਖੜਾ ਕਰ ਲਿਆ ਠੱਗੀਆਂ ਮਾਰ ਮਾਰ ਕੇ ਬੰਦੇ ਨੇ ਦੌਲਤਾਂ ਇਕੱਠੀ ਕਰ ਲਈ ਪਰ ਮੰਤ ਤੇ ਪਾਰ ਹੈਗਾ ਨਾ ਮੰਤ ਤੇ ਬੋਝ ਲੱਦਿਆ ਪਿਆ ਨਾ ਉਹ ਬੋਝ ਬੰਦੇ ਨੂੰ ਫਿਰ ਇਸੇ ਨੂੰ ਬਾਣੀ ਨੇ ਬੜਾ ਪਿਆਰਾ ਸ਼ਬਦ ਵਰਤਿਆ ਕਿ ਨਾਨਕ ਮਨ ਸਮਝਾਈਐ ਹੇ ਨਾਨਕ ਮਨ ਨੂੰ ਸਮਝਾ ਮਨ ਨੂੰ ਸਮਝਾਉਣ ਲਈ ਆਖਿਆ ਦੂਜੇ ਨੂੰ ਸਮਝਾਉਣ ਲਈ ਨਹੀਂ ਆਖਿਆ ਤੁਸੀਂ ਕਿਸੇ ਨੂੰ ਸਮਝਾ ਸਕਦੇ ਹੀ ਨਹੀਂ ਹਰ ਇੱਕ ਨੇ ਆਪਣੇ ਆਪ ਨੂੰ ਆਪ ਸਮਝਾਉਣਾ ਨਾਨਕ ਮਨ ਸਮਝਾਈਐ ਗੁਰ ਕੈ ਸ਼ਬਦ ਸਲਾ ਗੁਰੂ ਦੇ ਸ਼ਬਦ ਸ਼ਬਦ ਦੁਆਰਾ ਗੁਰੂ ਦੀ ਸਿੱਖਿਆ ਦੁਆਰਾ RAM ਨਾਮ ਰੰਗ ਰਤਿਆਂ ਭਾਰ ਨਾ ਪਰਮਤ ਨ ਜਿਹੜਾ ਪਰਮਾ ਦਾ ਭਾਰ ਹੈ ਨਾ ਜਦੋਂ ਸਾਡਾ ਮਨ ਸੱਚ ਦੀ ਸਿਲਸਿਲਾ ਨਾਲ ਜੁੜੇਗਾ ਫਿਰ ਸਾਡੇ ਮਨ ਦੇ ਉੱਤੇ ਭਾਰ ਨਹੀਂ ਹੋਏਗਾ ਉਹ ਭਾਰ ਲਹਿ ਜਾਏਗਾ ਤੋਂ ਪਾਸ਼ੇ ਤੇ ਬੜੇ ਪਿਆਰੇ ਸ਼ਬਦ ਵਰਤ ਰਹੇ ਨੇ ਕਹਿਣ ਲੱਗੇ ਉਸ ਪਰਮੇਸ਼ਰ ਦੇ ਸਿਫਸਲਾ ਵਾਲੇ ਗੀਤ ਗਾਉਣੇ ਸ਼ੁਰੂ ਕਰ ਜਿਹਦੇ ਨਾਲ ਤੈਨੂੰ ਸਦੀਵੀ ਸੁੱਖ ਮਿਲ ਸਕੇ ਤੇ ਗੁਰਦੇਵ ਜੀ ਸਮਝਾਉਂਦੇ ਨੇ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਿਲਾ ਹਾਂ ਵਾਰੀ ਹਾਂ ਵਾਰੀ ਜਿਤ ਸੋਹਿਲੇ ਸਦਾ ਸੁਖ ਹੋਏ ਮੈਂ ਕੁਰਬਾਨ ਜਾਂਣਾ ਉਸ ਸਿਫਸਲਾ ਵਾਲੇ ਗੀਤੋਂ ਜਿਹਦੇ ਦੁਆਰਾ ਸਦੀਵੀ ਸੁੱਖ ਜੜਾ ਵਾ ਉਹ ਪ੍ਰਾਪਤ ਹੁੰਦਾ ਸ਼ਬਦ ਆਰੰਭ ਜਦੋਂ ਹੁੰਦਾ ਉੱਥੇ ਆਪਾਂ ਪੜ੍ਹਦੇ ਆਂ ਜੈਂ ਘਰ ਜਿਸ ਹਿਰਦੇ ਰੂਪੀ ਘਰ ਵਿੱਚ ਜੈਂ ਘਰ ਜਿਸ ਹਿਰਦੇ ਰੂਪੀ ਘਰ ਵਿੱਚ ਜੈਂ ਘਰ ਕੀਰਤ ਆਖੀ ਹੈ ਜਿਸ ਹਿਰਦੇ ਰੂਪੀ ਘਰ ਵਿੱਚ ਕੀਰਤੀ ਆਖੀ ਜਾਂਦੀ ਹੈ ਸਿਰਸਲਾ ਜਿਸ ਹਿਰਦੇ ਰੂਪੀ ਘਰ ਵਿੱਚ ਉਸ ਨਿਰਭਉ ਦਾ ਸੋਲਾ ਗਾਇਆ ਜਾਂਦਾ ਹੈ ਇਦਾਂ ਕਹਿ ਲੋ ਕਿ ਜਿਸ ਹਿਰਦੇ ਰੂਪੀ ਘਰ ਵਿੱਚ ਉਸ ਨਿਰਭਉ ਪਰਮੇਸ਼ਰ ਦੇ ਖੁਸ਼ੀ ਦੇ ਗੀਤ ਤਾਰੀਫ ਵਾਲੇ ਗੀਤ ਗਾਏ ਜਾਂਦੇ ਨੇ ਜੈਂ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਜਿਸ ਹਿਰਦੇ ਰੂਪੀ ਘਰ ਵਿੱਚ ਕਰਤੇ ਦੀ ਵਿਚਾਰ ਕੀਤੀ ਜਾਂਦੀ ਹੈ ਉਨੇ ਵੇਖੋ ਘਰ ਇਥੇ ਘਰ ਦਾ ਅਰਥ ਹਿਰਦਾ ਜਿਸ ਹਿਰਦੇ 'ਚ ਵਿਚਾਰ ਹੋਏਗੀ ਨਾ ਜਿਹਦੇ ਸਰੀਰ ਰੂਪੀ ਘਰ ਵਿੱਚ ਵਿਚਾਰ ਹੋਏਗੀ ਉਹਦੇ ਇਟਾ ਰੂਪੀ ਘਰ 'ਚ ਵਿਚਾਰ ਆਏਗੀ ਆਏਗੀ ਜਦੋਂ ਉਹਦੇ ਸਰੀਰ ਰੂਪੀ ਘਰ ਵਿੱਚ ਵਿਚਾਰ ਨਹੀਂ ਹੋਏਗੀ ਇਟਾ ਰੂਪੀ ਘਰ ਵਿੱਚ ਵਿਚਾਰ ਕਿੱਥੋਂ ਹੋਣੀ ਹੈ ਜਦੋਂ ਬਾਣੀ 'ਚ ਲਿਖਿਆ ਘਰ ਸੁਖ ਵਸਿਆ ਬਾਹਰ ਸੁਖ ਪਾਇਆ ਉਥੇ ਘਰ ਦਾ ਅਰਥ ਕੀ ਹੈ ਜਿਹਦੇ ਹਿਰਦੇ ਰੂਪੀ ਘਰ 'ਚ ਸੁਖ ਹੈ ਉਹਦੇ ਬਾਹਰ ਵੀ ਸੁਖ ਹੈ ਉਹਦੇ ਹੱਥ ਹੱਥ ਵੀ ਸੁਖੀ ਨੇ ਉਹਦੇ ਪੈਰ ਵੀ ਸੁਖੀ ਨੇ ਉਹਦੇ ਸਰੀਰ ਦਾ ਕੱਲਾ ਕੱਲਾ ਅੰਗ ਸੁਖੀ ਹੈ ਉਹਦੀਆਂ ਇੱਟਾਂ ਵਾਲਾ ਘਰ ਵੀ ਸੁਖੀ ਹੋਗਾ ਭਾਵੇਂ ਉਹ ਇੱਟਾਂ ਵਾਲਾ ਘਰ ਇੱਕੋ ਹੀ ਕਿਉਂ ਨਾ ਇੱਕ ਕਮਰੇ ਦਾ ਹੀ ਘਰ ਕਿਉਂ ਨਾ ਹੋਵੇ ਪਾਤਸ਼ਾਹ ਜੀ ਸਮਝਾਉਂਦੇ ਨੇ ਜੈਂ ਘਰ ਜਿਸ ਹਿਰਦੇ ਰੂਪੀ ਘਰ ਵਿੱਚ ਕੀਰਤ ਆਖੀ ਹੈ ਉਹਦੀ ਕੀਰਤ ਹੀ ਆਖੀ ਜਾਂਦੀ ਇਸ ਨੂੰ ਆਖਿਆ ਸੀ ਨਾ ਉਸ ਤੋਂ ਤਾਂ ਮਨ ਮੈਂ ਕਾਰਨ ਅਨੰਕਾਰ ਅੱਜ ਭਾਰੀ ਤੌਰ ਤੇ ਉਸਤਤ ਬਹੁਤ ਹੋ ਰਹੀ ਹੈ ਭਾਰੀ ਤੌਰ ਤੇ ਉਸਤਤ ਦੀ ਕੋਈ ਕਮੀ ਨਹੀਂ ਕਿ ਦੱਕ ਘੰਟਿਆਂ ਬੱਧੀ ਗੁਰਦੁਆਰਿਆਂ ਚ ਨਾਮ ਜਪਿਆ ਜਾ ਰਿਹਾ ਹੈ ਘੰਟਿਆਂ ਬੱਧੀ ਖੜਤਾਲਾਂ ਖੜਕ ਰਹੀਆਂ ਨੇ ਕੋਈ ਕਿਤੇ ਸਮਾਧੀ ਲਾ ਕੇ ਬੈਠਾ ਕੋਈ ਕਿਤੇ ਸਮਾਧੀ ਲਾ ਕੇ ਬੈਠਾ ਗੱਲ ਤੇ ਸਰੀਰੂਪੀ ਕਰਦੀ ਇੱਥੇ ਸਮਾਧੀ ਨਹੀਂ ਲੱਗ ਰਹੀ ਇੱਥੇ ਬੰਦੇ ਦਾ ਮਨ ਸ਼ਾਂਤ ਨਹੀਂ ਇੱਥੇ ਇੱਥੇ ਬਾਹਰੋਂ ਤਾਂ ਚੁੱਪ ਕਰਨ ਦੇ ਬੜੇ ਦਾਅਵੇ ਕੀਤੇ ਜਾ ਰਹੇ ਜਿਹਨੂੰ ਬਾਣੀ ਦੇ ਲਿਖਿਆ ਚੁੱਪੇ ਚੁੱਪ ਨਾ ਹੋਵੇ ਜੇ ਲਾਇ ਰਹਾ ਲਿਵਤਾ ਜੋਗਨਾ ਬਾਹਰ ਮੜੀ ਮਸਾਣੀ ਜੋਗਨਾ ਤਾੜੀ ਲਾਈ ਤਾੜੇਦਾਰਤੀ ਸਮਾਧੀ ਲਾਉਣੀ ਹੈ ਬਾਹਰ ਦੀਆਂ ਸਮਾਧੀਆਂ ਲਾਈਆਂ ਕੀ ਆਖਣਗੀਆਂ ਜੇ ਮਨ ਅੰਦਰੋਂ ਸ਼ਾਂਤ ਨਹੀਂ ਹੈ ਤਾਂ ਤੋਂ ਗੁਰਦੇਵ ਜੀ ਬਹੁਤ ਪਿਆਰੇ ਸ਼ਬਦ ਇਥੇ ਸਾਨੂੰ ਸਮਝਾਉਂਦੇ ਨੇ ਜੈਂ ਘਰ ਕੀਰਤ ਆਖੀ ਹੈ ਜਿਸ ਹਿਰਦੇ ਰੂਪੀ ਘਰ ਵਿੱਚ ਉਹਦੀ ਕੀਰਤੀ ਆਖੀ ਜਾਂਦੀ ਹੈ ਕਰਤੇ ਕਾ ਹੋਏ ਵਿਚਾਰੋ ਉਸ ਕਰਤੇ ਦੀਆਂ ਵਿਚਾਰਾਂ ਕੀਤੀਆਂ ਜਾਂਦੀਆਂ ਨੇ ਉਸ ਕਰਤੇ ਨਾਲ ਸਾਂਝ ਪਾਈ ਜਾਂਦੀ ਏ ਜਿਹਨੂੰ ਆਪਾਂ ਸ਼ਬਦ ਸੁਰਤ ਦਾ ਸਮੇਲ ਕਹਿੰਦੇ ਆ ਇਸ ਜੇ ਗੁਰੂ ਦਾ ਗੁਰੂ ਦਾ ਗਿਆਨ ਉਪਦੇਸ਼ ਸ਼ਬਦ ਹੈ ਤੇ ਸੁਰਤ ਨੇ ਸੇਵਕ ਬਣਨ ਜਿਹਨੂੰ ਆਪਸ ਵਿੱਚ ਜੁੜਨਾ ਇਹਨਾਂ ਨੇ ਸਾਂਝ ਪੈਣੀ ਹੈ ਫਿਰ ਫਿਰ ਉੱਥੇ ਲਿਖਿਆ ਸੀਤੋ ਸੀਤਾ ਮਹਿਮਾ ਮਾਹੇ ਤਾਂ ਕਿ ਰੂਪ ਨ ਕਥਨੇ ਜਾਹੇ ਨਾ ਉਹ ਮਰੇ ਨਾ ਠਾਗੇ ਜਾਹੇ ਜਿਨ ਕੇ ਰਾਮ ਵਸੈ ਮਨ ਮਾਹੇ ਜਿਹੜੇ ਸੱਚ ਨਾਲ ਫਿਰ ਸੀਤੇ ਜਾਂਦੇ ਆ ਉਪਾਸ਼ਕਾਂ ਦੇ ਜੈ ਘਰ ਕੀਰਤ ਆਖੀ ਹੈ ਕਰਤੇ ਕਾ ਹੋਏ ਵਿਚਾਰੋ ਕਿਣ ਲਿਕੇ ਤਿਤ ਕਰ ਉਸ ਅਵਸਥਾ ਜਾ ਕੇ ਹੁਣ ਭਾਈ ਤੂੰ ਵੀ ਆਪਣਾ ਉਦਾਂ ਹੀ ਘਰ ਸਾਂਭ ਜਿੱਦਾਂ ਹਿਰਦੇ ਰੂਪੀ ਘਰ ਨੂੰ ਸਾਂਭਣ ਨਾਲ ਤੇਰਾ ਫਾਇਦਾ ਹੁੰਦਾ ਕਰਤੇ ਦੇ ਵਿਚਾਰਾਂ ਉਦਾਂ ਤੂੰ ਵੀ ਆਪਣਾ ਕਰ ਤਿਤ ਕਰ ਗਾਵੋ ਸੋਹਿਲਾ ਤੂੰ ਵੀ ਭਾਈ ਉਦਾਂ ਹੀ ਆਪਣੇ ਹਿਰਦੇ ਰੂਪੀ ਘਰ ਵਿੱਚ ਉਹਦਾ ਸੋਹਿਲੇ ਦਾ ਪਾਵੋ ਦੇ ਖੁਸ਼ੀ ਦਾ ਗੀਤ ਗਾ ਤਿਤ ਕਰ ਗਾਵੋ ਸੋਹਿਲਾ ਸਿਮਰਿਓ ਸਿਰਜਣਹਾਰੋ ਸਿਮਰਿਓ ਦਾ ਅਰਥ ਕੀ ਹੈ ਜਿਹੜਾ ਜਿਹੜਾ ਸਿਰਜਣਹਾਰਵਾ ਉਹਨੂੰ ਸਿਮਰ ਉਹਨੂੰ ਚੇਤੇ ਕਰ ਜਿਹਨੇ ਸਾਨੂੰ ਪੈਦਾ ਕੀਤਾ ਹੈ ਜਿਹਨੇ ਸਾਨੂੰ ਸਭ ਕੁਝ ਦਿੱਤਾ ਹੈ ਉਹਦੇ ਨਾਲ ਸਾਂਝ ਪਾ ਜਿੰਨ ਜਿੰਨੇ ਸਾਨੂੰ ਜਿੰ ਜੀਵ ਦਿਆ ਸੂਰਜ ਕੰਬਰ ਆਵੇ ਸਭ ਘਟ ਪੀਤਰ ਹਾਰ ਚਲਾਵੇ ਕਰ ਬੰਦਗੀ ਛੱਡ ਮੈਂ ਮੇਰਾ ਹਿਰਦੇ ਨਾਮ ਸੰਵਾਰ ਸਵੇਰਾ ਜਿੰਨ ਤੋਂ ਸਾਜ ਸਵਾਰ ਸ਼ਿੰਗਾਰਿਆ ਗਰਭ ਅਗਨ ਮੇ ਜਿਨੇ ਉਭਾਰੇ ਆ ਬਾਰ ਵਿਵਸਤਾ ਤੁਜੇ ਪਿਆਰੇ ਦੂਦ ਪਰਜੋਬਨ ਭੋਜਨ ਸੁਖਸੂਦ ਸਿਮਰਿ ਲ ਇਹਨੂੰ ਸਿਰਜਣਹਾਰੋ ਜਿਹੜਾ ਸਿਰਜਣਹਾਰਾ ਨਾ ਉਹਨੂੰ ਸਿਮਰ ਤੂੰ ਸਮਰੱਥ ਏਦਾਂ ਕਹਿ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਰਹਿਮ ਤੇਰੀ ਸੁਖ ਪਾਇਆ ਸਦਾ ਨਾਨਕੀ ਅਰਦਾਸ ਤੂੰ ਸਮਰੱਥ ਅਕਥ ਅਗੋਚਰ ਜਿਉ ਪਿੰਡ ਤੇਰੀ ਰਾਸ ਸਭ ਕੁਝ ਤੁਹਾਡੀ ਰਾਸ ਹੈ ਮਹਾਰਾਜ ਜੀ ਤੁਸੀਂ ਮੇਰੇ ਤੇ ਬਖਸ਼ਿਸ਼ ਕੀਤੀ ਜੇ ਕਰ ਕੀਰਤਕ ਹੀ ਹੈ ਕਰਤੇ ਕਾ ਹੋਏ ਵਿਚਾਰੋ ਤਿਤ ਕਰ ਗਾ ਉਹ ਸੋਹਿਲਾ ਸਿਮਰਿਓ ਰਜਣ ਹਾਰੋ ਉਹ ਸਰਜਣ ਹਾਰ ਨੂੰ ਤੂੰ ਵੀ ਸਿਮਰ ਤੂੰ ਵੀ ਭਾਈ ਆਪਣੇ ਹਿਰਦ ਰੂਪੀ ਘਰ ਵਿੱਚ ਉਹ ਸ਼ਿਵਸਲਾ ਦਾ ਗੀਤ ਗਾ ਤੋ ਅਗੇ ਪਾਸ਼ਾ ਫਰਮਾਉਂਦੇ ਨੇ ਨਿਤ ਨਿਤ ਜਿਹੜੇ ਸੰਭਾਲੀਐਨ ਏ ਭਾਈ ਨਿਤ ਨਿਤ ਜਿਹੜਾ ਸਾਰੇ ਜੀਵਾਂ ਦੀ ਸੰਭਾਲ ਕਰਦਾ ਪਿਆ ਨਿਤ ਨਿਤ ਜਿਹੜੇ ਸੰਭਾਲੀਐਨ ਤੇ ਤੇਰਾ ਕੀ ਫਰਜ਼ ਬਣਦਾ ਤੂੰ ਵੀ ਉਸ ਨੂੰ ਨਿਤ ਨਿਤ ਸੰਭਾਲ हे जीव हे जेंड हे भाई तू भी आप जे ओ सारेया दी संभाल पेया करदा है ना ते तेरा भी फर्ज बनदा तू भी ओनु अपने हृदय रोपी कर सांभा के रख जिवे हुन आपा सौखा समझो जिवे घर च माता-पिता हुंदे ओ सारेया बच्चियां दी कल्ले-कल्ले दी सार लेंदिया ना किनु की चाहिदा किनु की चाहिदा ते बच्चियां दा भी फर्ज बनदा ना भी मां हुन बाप बाहरों सामान लेके आवे सारेया दा चिंता होवे के इनु आ चाहिदा इनु आ चाहिदा ते ओनु आंदे नु को पानी भी ना पूछे ਉਹਨੂੰ ਉਹਨੂੰ ਚੁਵੇਗਾ ਨਾ ਵੀ ਮੈਂ ਜਿੰਨਾਂ ਲਈ ਇੰਨਾ ਕੁਝ ਕਰ ਰਿਹਾ ਮੈਨੂੰ ਤਾਂ ਪਾਣੀ ਵੀ ਆ ਮੈਨੂੰ ਤਾਂ ਕੋ ਪਾਣੀ ਵੀ ਨਹੀਂ ਪੁੱਛ ਰਿਹਾ ਮੈਨੂੰ ਤਾਂ ਕੋ ਬੁਲਾਵ ਨਹੀਂ ਰਿਹਾ ਵੀ ਤੁਸੀਂ ਕਿੱਥੋਂ ਆਏ ਜੇ ਕਿੱਥੇ ਗਏ ਸਮਾਨ ਲਿਆ ਲਾ ਮੈਂ ਇਹਨਾਂ ਨੂੰ ਦੇ ਰਿਹਾ ਜੇ ਕਿ ਦੁਨਿਆਵੀ ਬੰਦਾ ਤੁਹਾਡੇ ਲਈ ਕੁਝ ਕਰਦਾ ਹੈ ਮਾਤਾ ਪਿਤਾ ਨੇ ਭੈਣ ਭਰਾ ਕੋਈ ਵੀ ਆਪਣਾ ਲਾਲੂ ਤੁਸੀਂ ਭਰਾ ਕਰਦਾ ਹੈ ਭੈਣ ਆ ਕੋਈ ਭਰਾ ਹੈ ਛੋਟਾ ਹੈ ਵੱਡਾ ਹੈ ਮਾਤਾ ਹੈ ਪਿਤਾ ਹੈ ਦਾਦਾ ਜੀ ਨੇ ਦਾਦੀ ਜੀਏ ਕੋਈ ਵੀ ਪਰਿਵਾਰ ਦਾ ਮੈਂਬਰ ਹੋ ਸਕਦਾ ਹੁਣ ਕਹਿੰਦੇ ਕਿ ਜੇ ਇੱਕ ਜੀ ਦੋ ਜੀ ਘਰ ਚ ਵੱਡੇ ਮਾਤਾ ਪਿਤਾ ਸਾਡਾ ਕੁਝ ਕਰਦੇ ਨਹੀਂ ਤੇ ਅੱਗੇ ਬੱਚਿਆਂ ਦਾ ਫਰਜ ਬਣਦਾ ਵੀ ਕਮ ਸੇ ਕਮ ਉਹਨਾਂ ਦੇ ਨਾਲ ਚੰਗੀ ਤਰ੍ਹਾਂ ਬੋਲਤੇ ਪਾਓ ਪੁੱਛੀ ਲੋਕ ਕਿੱਥੋਂ ਆਏ ਜੇ ਸਵੇਰ ਦੇ ਕਹੇ ਜੇ ਇੰਨਾ ਟਾਈਮ ਲੱਗ ਗਿਆ ਪੁੱਛ ਹੀ ਲਓ ਅੱਗੇ ਹੋ ਕੇ ਪਾਣੀ ਪੁੱਛ ਲਓ ਅਗਲਾ ਤੁਹਾਡੇ ਲਈ ਸਮਾਨ ਲੈ ਕੇ ਆਇਆ ਤੁਹਾਡੇ ਲਈ ਇੰਨੀ ਤੁਹਾਡੀ ਚਿੰਤਾ ਕਰਦਾ ਹੈ ਇਸ ਲਈ ਕਿ ਨਿਤ ਨਿਤ ਜਿਹੜੇ ਸੰਭਾਲੀਐਨ हे जीव नित नेत ओनु अपने अंदर संभाल अपने अंदर इकट्ठा कर उस निरपवदे सोले दा गीत अपने दा रोज गा क्योंकि देखेगा देवनहार ओ देख रिया ओ देवनहार जेड़ा ना ओ जे ओ तेरी इन्नी केयर करदा तेरा कोई फर्ज नहीं बनदा तेरी कोई जिम्मेवारी नहीं जे ओ तेरी इन्नी प्रतपाल जेनु वाणी लिखा तुम दाते ठाकुर प्रतपालक नायक खसम हमारे निमख निमख तुम ही प्रताप पालो हम बारक तुमरे तारे जेवा एक कवन गुण कहिए बेशुमार बेअंत स्वामी त्रिवंतन के नहीं लई है जिओ मालिक दे इने गुण ने एक जुबान ना बयान नहीं कीते जासदे जेड़ा दाता भी है ठाकुर भी है प्रतापपालक भी है नायक भी है खसम हमारे निमख निमख तुम ही प्रताप पालो नेत नेत जड़े संभालियन ਨੇਤ ਨੇਤ ਹੈ ਜੀਵ ਉਹ ਨੂੰ ਆਪਣੇ ਅੰਦਰ ਸੰਭਾਲ ਦੇਖੇਗਾ ਦੇਖੇਗਾ ਦਾਰਤਾ ਉਹ ਦੇਖ ਰਿਹਾ ਹੈ ਦੇਖੇਗਾ ਦੇਵਨ ਹਾਰ ਜਿਹੜਾ ਸਭ ਕੁਝ ਦੇ ਰਿਹਾ ਤੈਨੂੰ ਕੀ ਦੇ ਰਿਹਾ ਨਿਰਭੋਗ ਆ ਸੋਇਲਾ ਜਿਹਦੇ ਕੋਲ ਜਿਹਦੇ ਕੋਲ ਸ਼ਿਵ ਸਲਾਹ ਦੇ ਭੰਡਾਰੇ ਭਰੇ ਪਏ ਨੇ ਜਿਹੜਾ ਗੁਣਾਂ ਦੀ ਤੈਨੂੰ ਦਾਤ ਦੇ ਰਿਹਾ ਦੇਖੇਗਾ ਦੇਵਨ ਹਾਰ ਜਿਹੜੇ ਪਾਸ਼ਾ ਬਖਸ਼ਿਸ਼ ਕਰਦੇ ਨੇ ਤੇਰੇ ਦਾਨੇ ਕੀਮਤ ਨਾ ਪਾਵੇ ਕਹਣ ਲੱਗੇ ਉਹਦੀਆਂ ਦਾਤਾਂ ਏਡੀਆਂ ਵੱਡੀਆਂ ਨੇ ਸ਼ਿਵਸਲਾਹ ਦੀ ਏਡੀ ਵੱਡੀ ਉਹਦੀ ਦਾਤ ਹੈ ਉਹਦੇ ਨਿਰਭਉ ਜਿਹੜਾ ਸੋਹਲਾ ਹੈ ਨਾ ਉਹ ਐਡਾ ਐਡਾ ਵੱਡਾ ਖਜ਼ਾਨਾ ਹੈ ਕਹਿੰਦੇ ਇਹਦੀ ਦਾਤ ਇਹਦੀ ਕੀਮਤ ਪਾਉਣੀ ਔਖੀ ਹੈ ਤੇਰੇ ਦਾਨੇ ਕੀਮਤ ਨਾ ਤੇਰੇ ਵੱਲੋਂ ਦਿੱਤੇ ਹੋਏ ਦਾਨ ਦੀ ਕੀਮਤ ਨਹੀਂ ਪੈ ਸਕਦੀ ਕਿਹੜਾ ਦਾਨ ਭਲਾ ਅਮੁੱਲ ਗੁਣ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਮੁੱਲ ਪੰਡਾ ਜਿਹਨੇ ਪਿਆਰੇ ਸ਼ਬਦ ਵਰਤੇ ਨੇ ਤੇਰੇ দান ਨੇ ਕੀਮਤ ਨਾ ਪਵੇ ਤੇਰੇ ਵੱਲੋਂ ਦਿੱਤੇ ਹੋਏ দান দান ਚਤਾ ਰਖਿਓ ਕਿਹੜਾ দান ਇਥੇ ਗੁਣਾ ਦਾ দান ਹੈ ਇਥੇ দান ਦਾ ਅਰਥ ਹੈ ਸਿਵ ਸਲਾ ਦਾ দান ਜਿਹਦੀ ਕੀਮਤ ਨਹੀਂ ਪੈ ਸਕਦੀ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀਏ ਅਮੁੱਲ ਭੰਡਾਰ ਉਹ ਆਪ ਮੁੱਲ ਹੈ ਉਹਦੇ ਭੰਡਾਰੇ ਵੀ ਅਮੋਲਕ ਨੇ ਉਹਦੀ ਸਿਵ ਸਲਾ ਦੀ ਅੰਦਾਜ਼ਾ ਵੀ ਅਮੋਲਕ ਤੇਰੇ দান ਨੇ ਕੀਮਤ ਨਾ ਪਵੇ ਅਗਰ ਤਿਸ ਦਾਤੇ ਕਮਨ シュਮਾਰ ਕਹਿੰਦੇ ਉਹਦੀ ਸ਼ਿਵਸਲਾਹ ਦੀ ਜਿਹੜੀ ਦਾਤ ਹੈ ਉਹਦੀ ਕੀਮਤ ਹੀ ਨਹੀਂ ਪੈ ਸਕਦੀ ਤੇ ਆਪ ਕਿੰਨਾ ਅਮੁੱਲਕ ਹੋਏਗਾ ਆਪ ਸੋਚ ਕੇ ਵੇਖੋ ਬਲਦ ਤੇ ਆਹੀਂ ਅਖੇ ਸੀ ਨਾ ਤੇਰਾ ਕੋਈ ਨਾ ਜਾਣੇ ਕੀਤਾ ਕੀ ਬੜੀ ਚੀਜ਼ਾ ਕੋਈ ਨਹੀਂ ਜਾਣਦਾ ਤੁਹਾਡਾ ਵਿਸਥਾਰ ਕਿੱਡਾ ਹੈ ਉਤੇ ਸੁਣ ਵੱਡਾ ਅਖੇ ਸਭ ਕੋਏ ਹੈ ਕਿਵਡਾ ਵੱਡਾ ਡੇਟਾ ਹੋਏ ਕੀਮਤ ਪਾਏ ਨਾ કહਿਆ ਜਾਏ ਤੁਹਾਡੀ ਕੀਮਤ ਨਹੀਂ ਪੈ ਸਕਦੀ ਤੁਹਾਡੀ ਕੀਮਤ ਦਾ ਕੋਈ ਅੰਦਾਜ਼ਾ ਵੀ ਨਹੀਂ ਲਾ ਸਕਦਾ ਕੋਈ ਅੰਦਾਜ਼ਾ ਇਹ ਕਹਦੇ ਵੀ ਇੰਨਾ ਇੰਨਾ ਹੋ ਸਕਦਾ ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕਮਨ شمار ਉਸ ਦਾਤੇ ਦਾ ਅੰਤ ਪਣਾ ਤੇ ਬਹੁਤ ਹੀ ਵੱਡੀ ਗੱਲ ਹੈ ਤੋ ਅੱਗੇ ਪਾਸ਼ਾ ਬਖਸ਼ਿਸ਼ ਕਰ ਰਹੇ ਨੇ ਸੰਬਤ ਆਹਾ ਲਿਖਿਆ ਸੰਬਤ ਅਰਥੇ ਸਾਲ ਆਹਾ ਜਿਵੇਂ ਸਾਹਾ ਨਹੀਂ ਸੋਧਿਆ ਜਾਂਦਾ ਜਿਵੇਂ ਆਪਾਂ ਵਿਆਹਾਂ ਸ਼ਾਦੀਆਂ ਤੇ ਵੇਖਦੇ ਆ ਆਨੰਦ ਕਾਰਜ ਜਦੋਂ ਲੜਕੇ ਲੜਕੀਆਂ ਤੇ ਹੁੰਦੇ ਆ ਤੋ ਸਾਹਾ ਸੋਧਿਆ ਇੱਕ ਦਿਨ ਮੁਕਰਰ ਕੀਤਾ ਜਾਂਦਾ ਵੀ ਐਸ ਦਿਨ ਪਰਾਤ ਲੈ ਕੇ ਇਹ ਲੜਕੇ ਪਰਿਵਾਰ ਵਾਲੇ ਫਲਾਣੇ ਜਗ੍ਹਾ ਤੇ ਉਹ ਆਪਣੇ ਪੁੱਤਰ ਦਾ ਆਨੰਦ ਕਾਰਜ ਕਰਨ ਵਾਸਤੇ ਜਾਣਗੇ ਉਹ ਲੜਕੀ ਵਾਲੇ ਵੀ ਅੱਗੇ ਤਿਆਰੀ ਕਰਕੇ ਰੱਖਦੇ ਆ ਉਹਨੂੰ ਆਪਾਂ ਸਾਹ ਸੁਧਨ ਕਹਿੰਦੇ ਤੇ ਸਾਹੇ ਦਾ ਜਿਹੜਾ ਸਮਾਂ ਹੁੰਦਾ ਉਹ ਟਲਦਾ ਨਹੀਂ ਤੁਸੀਂ ਕਦੀ ਨੋਟ ਕੀਤਾ ਹੋਵੇਗਾ ਜਦੋਂ ਸਾਹ ਸੁਧਿਆ ਜਾਂਦਾ ਹੈ ਨਾ ਘਰ 'ਚ ਕੋਈ ਘਟਨਾ ਵੀ ਵਾਪਰ ਜਿਹੜਾ ਕਿਹਦੀ ਡੈਥ ਵੀ ਹੋ ਜੇ ਪਰਿਵਾਰ ਦੇ ਕਿਸੇ ਜੀ ਦੀ ਪਾਵੇਂ 19 ਛਾਂ ਨੂੰ ਸ਼ੌਕਤ ਨਾਲ ਵਿਆਹ ਨਾ ਕਰਨ ਅਨੰਦ ਕਾਰਜ ਨਾ ਕਰਨ ਪਾਵੇਂ ਪੰਜ ਜਣੇ ਜਾ ਕੇ ਚਾਰ ਜਣੇ ਜਾ ਕੇ ਅਨੰਦ ਕਾਰਜ ਕਰਕੇ ਉਹ ਨੋਤੀ ਨੂੰ ਵਿਆਹ ਕੇ ਕਰ ਲਿਆ ਹੁਣ ਪਰ ਉਹ ਸਾਹਾ ਟਾਲਦੇ ਨਹੀਂ ਕਹਿੰਦੇ ਹੁਣ ਇਹ ਸਾਹਾ ਸੋਧਿਆ ਵਾ ਇਹ ਹੁਣ ਅਸੀਂ ਸਮਾਂ ਅਸੀਂ ਐਸੇ-ਐਸੇ ਵੀ ਤੁਸੀਂ ਆਪਣੀ ਜ਼ਿੰਦਗੀ 'ਚ ਵੇਖਿਆ ਹੋਣਾ ਵੀ ਲੜਕੇ ਦੇ ਪਿਤਾ ਦੀ ਡੈਥ ਹੋ ਗਈ ਰਾਤ ਤੋਂ ਇੱਕ ਦਿਨ ਪਹਿਲਾਂ ਚਾਰ ਜੀ ਅੱਜ ਸੰਸਕਾਰ ਕੀਤਾ ਚਾਰ ਜੀ ਜਾ ਕੇ ਤੇ ਲੜਕਾ ਵਿਆਹ ਕਿ ਆਪਣੇ ਘਰ ਲੈ ਉਹਨਾਂ ਮੁਤਾਬਕ ਸਾਹਾ ਜਿਹੜਾ ਨਾ ਸਮਾਂ ਜਿਹੜਾ ਨਿਸ਼ਚਿਤ ਕੀਤਾ ਹੋਇਆ ਉਸ ਉਹ ਟਲਦਾ ਨਹੀਂ ਉਹ ਸਮਾਂ ਜਿਹੜਾ ਉਹਨਾਂ ਨੇ ਖਿਜਾਉਣਾ ਨਹੀਂ ਹੈ ਇੱਥੇ ਬੜਾ ਕੀਮਤੀ ਸ਼ਬਦ ਵਰਤੇ ਆ ਸੰਬਤ ਸਾਹਾ ਲਿਖਿਆ ਕਹਿੰਦੇ ਇਦਾਂ ਹੀ ਤੇਰੀ ਜ਼ਿੰਦਗੀ ਦਾ ਜਿਹੜਾ ਸਮਾਂ ਨਾ ਉਹ ਨਿਸ਼ਚਿਤ ਹੈ ਹੁਣ ਉਹ ਸਮੇਂ ਨੂੰ ਤੂੰ ਹੁਣ ਜਿਵੇਂ ਸਾਹਾ ਤੇ ਸੋਧਿਆ ਗਿਆ ਵਿਆਹ ਵਾਸਤੇ ਹੁਣ ਉਹਨਾਂ ਦੀ ਮਰਜ਼ੀ ਹੈ ਨਾ ਉਹ ਕਹਿੰਦੇ ਨਹੀਂ ਜਾਣਾ ਸੀ ਉਹ ਉਹ ਅਲੱਗ ਵਿਸ਼ਾ ਹੈ ਪਿਉ ਨਾ ਜਾਣ ਪਰ ਇਦਾਂ ਹੁੰਦਾ ਨਹੀਂ ਉਹ ਕਹਿੰਦੇ ਨਹੀਂ ਭਾਈ ਬਾਹ ਸੋਧਿਆ ਗਿਆ ਅਗਲੀਆਂ ਤਿਆਰੀਆਂ ਕੀਤੀਆਂ ਨੇ ਕੋਈ ਨਹੀਂ ਸੰਸਕਾਰ ਆਪਾਂ ਹੁਣ ਹੁਣ ਬੰਦੇ ਨੂੰ ਤੇ ਆਪਾਂ ਵਾਪਸ ਲਿਆ ਨਹੀਂ ਸਕਦੇ ਬੰਦੇ ਨੂੰ ਤੇ ਆਪਾਂ ਵਾਪਸ ਲਿਆ ਨਹੀਂ ਸਕਦੇ ਹੁਣ ਆਪਾਂ ਚਾਰ ਜਣੇ ਜਾ ਕੇ ਤੇ ਆਨੰਦ ਕਾਰਜ ਕਰਕੇ ਠੀਕ ਹੈ ਉਹ ਖੁਸ਼ੀਆਂ ਨਹੀਂ ਹੁੰਦੀਆਂ ਉਹਨਾਂ ਦੇ ਚਿਹਰਿਆਂ ਤੇ ਪਰ ਉਹ ਫਿਰ ਵੀ ਜਾ ਕੇ ਉੱਥੇ ਲੜਕੀ ਵਿਆਹ ਕੇ ਤੇ ਆਪਣੇ ਘਰ ਲੈ ਆਉਂਦੇ ਹੁਣ ਜੇ ਸਾਹੇ ਦਾ ਸਮਾਂ ਨਿਸ਼ਚਿਤ ਟਾਲਿਆ ਨਹੀਂ ਭਾਵੇਂ ਜਿੰਨੀ ਮਰਜ਼ੀ ਮੁਸ਼ਕਲ ਆਈ ਕਹਿੰਦੇ ਇਦਾਂ ਤੇਰੀ ਜ਼ਿੰਦਗੀ ਜਿਹੜਾ ਸਮਾਂ ਹੈ ਨਾ ਇਹ ਵੀ ਨਿਸ਼ਚਿਤ ਹੈ ਤੂੰ ਵੀ ਆਪਣੀ ਜ਼ਿੰਦਗੀ ਦੇ ਇਹ ਨਿਰਭਉ ਦੇ ਸੋਲੇ ਦਾ ਗੀਤ ਗਾ ਸਕਦਾ ਹੈ ਵੱਖਰੀ ਗੱਲ ਹੈ ਤੂੰ ਆਪਣੀ ਮਰਜ਼ੀ ਨਾਲ ਇਹ ਗੀਤ ਨਾ ਗਾ ਸੰਬਤ ਆਹਾ ਲਿਖਿਆ ਹਰ ਇੱਕ ਦੇ ਚਿਹਰੇ ਤੇ ਇਹ ਸੰਬਤ ਸਾਹਾ ਲਿਖਿਆ ਹੋਇਆ ਹੈ ਹਰ ਇੱਕ ਬੰਦਾ ਜਿਹੜਾ ਵਾ ਇਸ ਸੱਚ ਦਾ ਭਾਈਵਾਲ ਬਣ ਸਕਦਾ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਤੇਲ ਪਾਇਆ ਜਾਂਦਾ ਸੀ ਜਿਵੇਂ ਆਪਾਂ ਆਰੰਭ ਚ ਗੱਲ ਕੀਤੀ ਸੀ ਜਦੋਂ ਲੜਕੀ ਦਾ ਆਨੰਦ ਕਾਰਜ ਹੁੰਦਾ ਵਿਆਹ ਤੋਂ ਪਹਿਲਾਂ ਉਹਨੂੰ ਫਿਰ 2-4 ਦਿਨ ਪਹਿਲਾਂ ਮਾਈਆਂ ਪਾਉਂਦੇ ਨੇ ਤੇਲ ਲਾਉਂਦੇ ਨੇ ਉਹ ਖੁਸ਼ੀ ਦੇ ਗੀਤ ਗਾਉਂਦੇ ਨੇ ਸੁਹਾਗ ਦੀਆਂ ਜਿਹੜੇ ਆ ਉਹ ਗੀਤ ਗਾਏ ਜਾਂਦੇ ਆ ਘੂੜੀਆਂ ਗਾਈਆਂ ਜਾਂਦੀਆਂ ਨੇ ਘਰਾਂ ਵਿੱਚ ਇੰਟਰਟੇਨਮੈਂਟ ਪ੍ਰਾਣੇ ਸਮੇਂ ਚ ਆਮ ਹੁੰਦਾ ਸੀ ਹੁਣ ਤਾਂ ਲੱਚਰ ਤਾਂ ਫਲਾਤੀ ਅਸੀਂ ਬਹੁਤ ਜ਼ਿਆਦੀ ਜਿਵੇਂ ਪ੍ਰਾਣੇ ਸਮੇਂ ਚ ਗਿੱਧਾ ਇੱਕ ਦੈਰੇ ਚ ਰਹਿ ਕੇ ਆਮ ਘਰਾਂ ਚ ਪਾਇਆ ਜਾਂਦਾ ਸੀ 10 ਮਿੰਟ ਉਹਦੇ ਹੁਣ ਕਈ ਰੂਪ ਬਦਲ ਗਏ ਉਤੇ ਹੁਣ ਨਸ਼ਿਆਂ ਨੇ ਲੈ ਲਈ ਗੰਦਿਆਂ ਗਾਣਿਆਂ ਨੇ ਲੈ ਲਈ ਸਭ ਕੁਝ ਤਹਿਸ਼ ਨੈਸ਼ ਕਰਕੇ ਰੱਖਤਾ ਇਦਾਂ ਆਮ ਘਰਾਂ ਵਿੱਚ ਉਹਨਾਂ ਕ ਮੌਲ ਜਿਹੜਾ ਸਿਰਜਿਆ ਜਾਂਦਾ ਸੀ ਉਹ ਫਿਰ ਪ੍ਰਚਾਰ ਆਮ ਫਿਰ ਇੱਕ ਵੱਡੇ ਨੂੰ ਰੱਦ ਕਰਨਾ ਪੈਂਦਾ ਵੀ ਤੁਸੀਂ ਕਿਹੜੇ ਰਸਤੇ ਪੈ ਗਏ ਜੇ ਤੁਸੀਂ ਇਹੋ ਗੀਤ ਉਦਾਂ ਸਾਡੀ ਕੋਈ ਧੀ ਭੈਣ ਨੂੰ ਕੋਈ ਗਾਲ ਕੱਢ ਦੇਵੇ ਅਸੀਂ ਬਾਹ ਵੜਨ ਤੱਕ ਜਾਂਦੇ ਹਾਂ ਸਿਰ ਕਲਮ ਕਰਨ ਤੱਕ ਜਾਂਦੇ ਹਾਂ ਪਰ ਉਹ ਗਾਲਾਂ ਅਗਲੇ ਗਾ ਕੇ ਕੱਢ ਰਹੇ ਨੇ ਸਾਨੂੰ ਗਾਣਿਆਂ ਦੇ ਰੂਪ 'ਚ ਉੱਥੇ ਨੋਟ ਵਾਰ ਰਹੇ ਅਸੀਂ ਕੁਝ ਪੈਸੇ ਵਾਰੇ ਜਾ ਰਹੇ ਨੇ ਤੋਂ ਇਥੇ ਸ਼ਬਦ ਹੈ ਸੰਪਤ ਸਾਹਾ ਲਿਖਿਆ ਜਿਵੇਂ ਇੱਕ ਲੜਕੀ ਲੜਕੇ ਦਾ ਜਦੋਂ ਅਨੰਦ ਕਾਰਜ ਹੁੰਦਾ ਉਹ ਸਾਹਾ ਲਿਖਿਆ ਜਾਂਦਾ ਪਵ ਤੈ ਕੀਤਾ ਜਾਂਦਾ ਉਫਰ ਮਿਲਕਰ ਪਾਵੋ ਤੇਲ ਲੜਕੀ ਨੂੰ ਫੇਰ ਤਿਆਰੀ ਕਰਦੇ ਵੀ ਇਹਨੇ ਹੁਣ ਸਹਰੇ ਕਰ ਜਾਣਾ ਇਥੇ ਗੱਲ ਕਿਸੇ ਲੜਕੇ ਲੜਕੀ ਦੇ ਨੰਨ ਦੇ ਕਰਦੀ ਨਹੀਂ ਹੋ ਰਹੀ ਇਹਨੂੰ ਰਹਾਉ ਦੇ ਬੰਦ ਨੇ ਜੁੜ ਕੇ ਵਿੱਚੋਂ ਗੱਲ ਹੋ ਰਹੀ ਹੈ ਤੂੰ ਗਾਵੋ ਮੇਰੇ ਨਿਰਪੋ ਕਾ ਸੋਹਿਲਾ ਹਉ ਵਾਰੀ ਜ ਸੋਲੇ ਸਦਾ ਸੋਖੋਏ ਇਥੇ ਗੱਲ ਹੋ ਰਹੀ ਬੰਦਿਆ ਇਹ ਨਿਰਪੋ ਦਾ ਜਿਹੜਾ ਸੋਹਿਲਾ ਨਾ ਤੂੰ ਹੀ ਆਪਣੇ ਹਿਰਦੇ ਰੂਪੀ ਘਰ ਵਿੱਚ ਗਾ ਸਕਦਾ ਹੈ ਇਹ ਸੰਬਤ ਸਾਹਾ ਲਿਖਿਆ ਤੇਰੇ ਅੰਦਰ ਵੀ ਲਿਖਿਆ ਹੋਇਆ ਤੇਰੇ ਅੰਦਰ ਵੀ ਇਹ ਗੱਲ ਹੈਗੀ ਹੈ ਮਿਲਕਰ ਪਾਵੋ ਤੇਲ ਤੂੰ ਵੀ ਆਪਣੀ ਤਿਆਰੀ ਜਿਵੇਂ ਲੜਕੀ ਤਿਆਰੀ ਲੜਕੀ ਦੀ ਤਿਆਰੀ ਪਰਿਵਾਰ ਵਾਲੇ ਕਰਦੇ ਆ ਸਹੇਲੀਆਂ ਰਲ ਕੇ ਕਰਦੀਆਂ ਨੇ ਸਹੁਰੇ ਘਰ ਵਿਆਹੀ ਜਾਣਾ ਇਦਾਂ ਤੂੰ ਵੀ ਆਪਣੀ ਤਿਆਰੀ ਕਰ ਕਿ ਤੂੰ ਵੀ ਸੱਚ ਨਾਲ ਤੇਰਾ ਵਿਆਹ ਹੋ ਸਕੇ ਜਿਹਨੂੰ ਅਖਾ ਸਾਹਾ ਸੰਜੋਗ ਵਿਆਹ ਵਿਜੋਗ ਗੌੜੀ ਰਾਗ ਦੇ ਵਿੱਚ 152 52 ਨੰਬਰ ਅੰਕ ਤੇ ਸ਼ਬਦ ਹੈ ਗੁਰੂ ਨਾਨਕ ਸਾਹਿਬ ਦਾ ਉਹ ਪੜ੍ਹ ਕੇ ਵੇਖੋ ਮਾਤਾ ਮਤ ਪਿਤਾ ਸੰਤੋਖ ਸੱਤ ਭਾਈ ਕਰ ਇਹ ਵਿਸ਼ੇਖ ਉਥੇ ਸ਼ਬਦ ਵਰਤੇ ਮਾਤਾ ਮਤ ਗੁਰੂ ਵੱਲੋਂ ਬਖਸ਼ਿਸ਼ ਕੀਤੀ ਹੋਈ ਮਤ ਇਨੂੰ ਮਾਂ ਬਣਾ ਲਾ ਤੇ ਸੰਤੋਖ ਨੂੰ ਆਪਣਾ ਬਾਪ ਬਣਾ ਲਾ ਮਾਤਾ ਮਤ ਪਿਤਾ ਸੰਤੋਖ ਸੱਤ ਸਤਾਰ ਤੋਂ ਕੀ ਹੈ ਲੋੜਵੰਦਾਂ ਦੀ ਹੈਲਪ ਕਰਨੀ ਕਿਸੇ ਲੋੜਵੰਦ ਦੀ ਹੈਲਪ ਕਰਨੀ ਸੱਤ ਭਾਈ ਕਰ ਇਹਨੂੰ ਆਪਣੇ ਭੈਣ ਭਰਾ ਬਣਾ ਲਾ ਸੱਤ ਭਾਈ ਕਰ ਇਹ ਸੇ ਕਹਿਣਾ ਹੈ ਕਿਸੇ ਕਹਿ ਨਾ ਜਾਏ ਮੈਂ ਬਿਆਨ ਕਰਨਾ ਚਾਹੁੰਨਾ ਮਾਲਕ ਜੀ ਪਰ ਤੁਹਾਡੇ ਗੁਣ ਬੜੇ ਵਿਅੰਤ ਨੇ ਕਹਿਣਾ ਹੈ ਕਿਸੇ ਕਹਿ ਨਾ ਜਾਏ ਤੋ ਕੁਦਰਤ ਕੀਮਤ ਨਹੀਂ ਪਾਏ ਸਾਹਾ ਸੰਜੋਗ ਵਿਆਹ ਵਿਜੋਗ ਸ਼ਰਮ ਸੁਰਤ ਦੋਏ ਸਸਰਪੇ ਸ਼ਰਮ ਸ਼ਰਮਦਾਰ ਤੇ ਉਦਮ ਉਦਮ ਨੂੰ ਆਪਣਾ ਸਹੌਰਾ ਬਣਾ ਲਾ ਉੱਚੀ ਸੁਰਤ ਨੂੰ ਆਪਣੀ ਸੱਸ ਬਣਾ ਲਾ ਨਕਸ਼ਾ ਖੀਤਣਾ ਪੂਰੇ ਪਰਿਵਾਰ ਦਾ ਸ਼ਰਮ ਸੁਰਤ ਦੋਏ ਸਸਰਪੇ ਸ਼ਰਮ ਉਦਮ ਨੂੰ ਸਹੌਰਾ ਬਣਾ ਲਾ ਤੇ ਉੱਚੀ ਸੁਰਤ ਨੂੰ ਸੱਸ ਬਣਾ ਲਾ ਹੁਣ ਜਦੋਂ ਉਦਮ ਨੂੰ ਸਹੌਰਾ ਬਣਾਏਗਾ ਤੇ ਉਦਮ ਵੀ ਬੰਦਾ ਸਹੌऱ्या ਕੋਲੋਂ ਕਾਰ ਦੀ ਚਾਬੀ ਫੜੂਗਾ ਗੱਲ ਇਹੋ ਕਿੰਡੀ ਕਮਾਲ ਦੀ ਹੈ ਉਦਮ 153 ਤੇ 52 ਨੰਬਰ ਅੰਕ ਤੇ ਸ਼ੋਦ ਹੈ ਗੋਰੀ ਰਾਗਤ ਗੁਰੂ ਨਾਨਕ ਸਾਹਿਬ ਜੀ ਦਾ ਸ਼ਰਮ ਸੁਰਤ ਹੋਏ ਸਸਰ ਪਏ ਸ਼ਰਮ ਦਾ ਅਰਥ ਹੈ ਉਦਮ ਉਦਮ ਨੂੰ ਸੌਰਾ ਬਣਾ ਲਾ ਉੱਚੀ ਸੁਰਤ ਨੂੰ ਸੱਸ ਬਣਾ ਲਾ ਜਿਹੜਾ ਉਦਮੀ ਬੰਦਾ ਹੁੰਦਾ ਉਹ ਕਦੀ ਮੋਟਰਸਾਈਕਲ ਸਕੂਟਰਾਂ ਦੀਆਂ ਕਾਰਾਂ ਦੀਆਂ ਚਾਬੀਆਂ ਨਹੀਂ ਫੜਦਾ ਇਦਾਂ ਉਹ ਕਹਿੰਦਾ ਮਾਲਕ ਨੇ ਹਿੰਮਤ ਬਖਸ਼ੀ ਹੈ ਭਾਵੇਂ ਅੱਜ ਮੇਰੇ ਕੋਲ ਸਾਈਕਲ ਹੈ ਮਿਹਨਤ ਕਰਕੇ ਗੱਡੀ ਲਾ ਲਾਂ ਭਾਵੇਂ ਪਰ ਨਹੀਂ ਤੁਸੀਂ ਆਪਣੇ ਪੁੱਤਰ ਧੀਆਂ ਵਾਸਤੇ ਰੱਖੋ ਜੀ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਇਦਾਂ ਨੇ ਕਹਿੰਦਾ ਸ਼ਰਮ ਸੁਰਤ ਉੱਚੀ ਸੁਰਤ ਨੂੰ ਸੱਜ ਬਣਾ ਲਾ ਉਦਮ ਨੂੰ ਸੋਹਰਾ ਬਣਾ ਲਾ ਸ਼ਰਮ ਸੁਰਤ ਦੋਇ ਸਸਰੁ ਭਏ ਇੱਕ ਕਰਨੀ ਕਾਮਣ ਆਪਣੀ ਕਰਨੀ ਨੂੰ ਇਸਤਰੀ ਬਣਾ ਲਾ ਕਰਨੀ ਕਾਮਣ ਕਰ ਮੰਨ ਲੈ ਤੇ ਸਾਹ ਸੰਯੋਗ ਜਿਵੇਂ ਸਾਹ ਨਹੀਂ ਸੁਧਿਆ ਜਾਂਦਾ ਉਹ ਟਲਦਾ ਨਹੀਂ ਇਦਾਂ ਤੂੰ ਵੀ ਸੱਚ ਨਾਲ ਜੁੜਨ ਦਾ ਸਮਾਂ ਟਾਲਣਾ ਸਾਹ ਸੰਯੋਗ ਤੇ ਵਿਆਹ ਵਿਯੋਗ ਬੁਰਾਈ ਨਾਲ ਉਹ ਨਾਤਾ ਤੋੜਨਾ ਇਹ ਇਹ ਵਿਆਹ ਹੋਵੇ ਤੇਰਾ ਸੱਚ ਨਾਲ ਤੇਰਾ ਇਕਮਿਕਤਾ ਹੋਣੀ ਤੇਰਾ ਸਾਹਾ ਸੋਦੇ ਸਾਹਾ ਸੰਜੋਗ ਵਿਆਵਜੋਗ ਕਹੋ ਨਾਨਕ ਕਿੰਨੇ ਪਿਆਰੇ ਸ਼ਬਦ ਵਰਤੇ ਸੰਤਤ ਜੋਗ ਸੰਤਤ ਕੀ ਸੱਚ ਦਾ ਸੱਚ ਦਾ ਪੈਦਾ ਹੋਣਾ ਸੱਚ ਰੂਪੀ ਸੰਤਾਨ ਪੈਦਾ ਹੋਣੀ ਇਹ ਤੇਰੇ ਘਰ ਚ ਔਲਾਦ ਹੈ ਸੱਚ ਪੈਦਾ ਹੋਣਾ ਇਹ ਤੇਰੇ ਘਰ ਔਲਾਦ ਹੈ ਤੋਂ ਕਿੰਨੇ ਪਿਆਰੇ ਸ਼ਬਦ ਇੱਥੇ ਗੁਰੂ ਨਾਨਕ ਸਾਹਿਬ ਜੀ ਦੇ ਵਰਤੇ ਇੱਥੇ ਵੀ ਮਹਾਰਾਜ ਕਹਿੰਦੇ ਨੇ ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਦੇਲ ਮਿਲ ਕਰ ਪਾਉ ਉਹ ਤੇਲ ਦੇਵ ਸਜਣ ਅਸੀਸੜੀਆਂ ਏ ਗੁਰੂ ਸਜਣ ਜੀ ਮੈਨੂੰ ਰਲ ਕੇ ਅਸੀਸਾਂ ਦਿਓ ਮੇਰੀ ਇਹੋ ਜੀ ਤਿਆਰੀ ਕਰਾਓ ਜਿਉ ਹੋਵੇ ਸਹਿਬ ਸਿਉ ਮੇਰਾ ਵੀ ਸਹਿਬ ਨਾਲ ਮੇਲ ਹੋ ਸਕੇ ਮੈਂ ਵੀ ਉਹ ਸੱਚ ਨਾਲ ਇੱਕਮਿਕ ਹੋ ਸਕਾਂ ਮੈਂ ਵੀ ਨਿਰਭਉ ਦਾ ਸੋਲੇ ਦਾ ਗੀਤ ਗਾ ਸਕਾਂ ਫਿਰ ਕਹਿੰਦੇ ਘਰ ਘਰ ਇਹੋ ਪਹੁੰਚਾ ਹਰ ਹਿਰਦੇ ਰੂਪੀ ਘਰ ਵਿੱਚ ਇਹ ਸੁਨਹਿਾਰਿਆ ਵਾ ਪਹੁੰਚਾ ਰਿਆ ਵਾ ਫੱਦਾ ਆ ਰਿਆ ਵਾ ਘਰ ਘਰ ਇਹੋ ਪਹੁੰਚਾ ਪਹੁੰਚਾ ਦਾ ਅਰਥ ਕੀ ਹੈ ਸੁਨਿਹਾਰ ਆ ਰਿਹਾ ਵਾ ਸੱੜੇ ਨਿਤ ਪਵਨ ਹਰ ਹਿਰਦੇ ਰੂਪੀ ਘਰ ਵਿੱਚ ਉਹ ਨਿਰਭਉ ਦਾ ਸੋਲੇ ਦਾ ਸੱਦਾ ਆ ਰਿਹਾ ਵਾ ਵੱਖਰੀ ਗੱਲ ਐ ਅਸੀਂ ਸੱਦਾ ਨਾ ਸੁਣੀ ਜਿਵੇਂ ਆਪਾਂ ਗੁਰੂ ਨਾਨਕ ਦਾ ਵਾਕ ਪੜ੍ਹਦੇ ਆਂ ਸ੍ਰੀ ਰਾਗ ਦੇ ਵਿੱਚ ਉੱਥੇ ਮਹਾਰਾਜ ਕਿਹੜੇ ਪੌਰ ਉਸਤਾਦ ਨਿਤ ਪਾਕਿਆ ਬੋਲੇ ਗੁਰੂ ਪੌਰਾ ਰੋਜ਼ ਪਾਕਿਆ ਦੇ ਰਿਆ ਰੋਜ਼ ਬੋਲ ਰਿਆ ਪੌਰ ਉਸਤਾਦ ਨਿਤ ਪਾਕਿਆ ਬੋਲੇ ਕਿਉਂ ਬੁਝੇ ਜੇ ਨਾ ਬੁਝਾਈ ਕਿਦਾਂ ਪੁੱਜੇ ਇਥੇ ਪਾਸ਼ਾ ਬੜੇ ਪਿਆਰੇ ਸ਼ਬਦ ਵਰਤਦੇ ਰਹੇ ਨੇ ਕਹਿਣ ਲੱਗੇ ਘਰ ਘਰ ਇਹੋ ਪਹੁੰਚਾ ਹਰ ਹਿਰਦੇ ਰੂਪੀ ਘਰ ਵਿੱਚ ਉਸ ਸੱਦਨਹਾਰ ਦਾ ਪਹੁੰਚਾ ਰਿਹਾ ਸੱਦੜੇ ਨਿਤ ਪਵਨ ਰੋਜ਼ ਸੱਦੇ ਦੇ ਰਿਹਾ ਤੇ ਸੱਦਨਹਾਰਾ ਸਿਮਰਿਆ ਇਸ ਕਰਕੇ ਉਸ ਸੱਦਨਹਾਰੇ ਨੂੰ ਸਿਮਰ ਉਹਦੇ ਨਾਲ ਸਾਂਝ ਪਾ ਨਾਨਕ ਸੇ ਦੇਂ ਅਵਨ ਹੈ ਨਾਨਕ ਉਹ ਦਿਨ ਤੇਰੇ ਤੇ ਵੀ ਆ ਜਾਣਗੇ ਉਹ ਦਿਨ ਤੇਰਾ ਵੀ ਨੀਰੇ ਆ ਰਿਹਾ ਹੈ ਉਹ ਦਿਨ ਤੂੰ ਵੀ ਆਪਣੀ ਜ਼ਿੰਦਗੀ 'ਚ ਲਿਆ ਸਕਦਾ ਹੈ ਕਿਹੜਾ ਦਿਨ ਉਹ ਨਿਰਭਉ ਦਾ ਸੋਇਲਾ ਸਦਾ ਸੁਖ ਹੋਏ ਵਾਲਾ ਦਿਨ ਕਿ ਤੇਰੀ ਜ਼ਿੰਦਗੀ ਜੀ ਸਦਾ ਸੁਖ ਹੋ ਸਕਦਾ ਇਹ ਉਹ ਸ਼ਬਦ ਨੇ ਜਿਵੇਂ ਮੈਂ ਕੱਲ ਭੂਮਿਕਾ 'ਚ ਵੀ ਇਹ ਗੱਲ ਬੋਲੀ ਸੀ ਵੀ ਇਹ ਸ਼ਬਦ ਕਿਸੇ ਜਾ ਚੁੱਕੇ ਪ੍ਰਾਣੀ ਲਈ ਨਹੀਂ ਹੈ ਵੀ ਇਦਾਂ ਨਹੀਂ ਜਦੋਂ ਆਪਾਂ ਪੜਦੇ ਹਾਂ ਦੇਓ ਸੱਜਣਾਂ ਸੀਸੜੀਆਂ ਜੋਵੇ ਸਾਬ ਸੂਮੇਰ ਇਦਾਂ ਲੱਗਦਾ ਜਿਵੇਂ ਆਓ ਰਲ ਕੇ ਹੁਣ ਅਸੀਸਾਂ ਦਿਓ ਜੀ ਪਾਪਾ ਜੀ ਨੂੰ ਬੀਬੀ ਜੀ ਨੂੰ ਇਹਦਾ ਹੁਣ ਰੱਬ ਨਾਲ ਮਲਾਪ ਹੁਣ ਜਿਉਂਦੇ ਤੇ ਗੁਰਬਾਣੀ ਪੜੀ ਕੋਈ ਨਹੀਂ ਹੁਣ ਮਗਰੋਂ ਮਲਾਪ ਕਿਦਾ ਹੋਣਾ ਇਸ਼ਾ ਉਹ ਸਾਨੂੰ ਇਹ ਲੱਗਦਾ ਵੀ ਦੇਹੋ ਸਜਣ ਸੀਸੜੀਆਂ ਜੋ ਹੋਵੇ ਸਹਿਬ ਸੂ ਮੇਲ ਐਦਾਂ ਲੱਗ ਜਾਂਦਾ ਜਿਵੇਂ ਵੀ ਮਰਨ ਤੋਂ ਬਾਅਦ ਮਲਾਪ ਹੋਣਾ ਪਾਣੀ ਜਿਉਂਦੇ ਜੀ ਸੱਚਖੰਡ ਵਾਸੀ ਬਣਾਉਂਦੀ ਸਾਨੂੰ ਮਰਨ ਤੋਂ ਬਾਅਦ ਨਹੀਂ ਸੱਚਖੰਡ ਵਸੇ ਅਨੰਕਾਰ ਕਰ ਕਰ ਵੇਖੇ ਨਿਤਨੇਹਾਲ ਤੋ ਇਹ ਸੋਲਾ ਬਾਣੀ ਦਾ ਪਹਿਲਾ ਸ਼ਬਦ ਨਾਨਕ ਸੇ ਦੇ ਅਵਨ ਹੈ ਨਾਨਕ ਤੇਰੇ ਵੀ ਉਹ ਦਿਨ ਆ ਜਾਣਗੇ ਤੂੰ ਵੀ ਉਹ ਦਿਨ ਲਿਆ ਸਕਦਾ ਹੈ ਕਿਦਾਂ ਆਪਣੇ ਹਿਰਦੇ ਰੂਪੀ ਕਰ ਵਿੱਚ ਨਿਰਭਉ ਦਾ ਸੋਹਲੇ ਦਾ ਗੀਤ ਗਾ ਇਹਦੇ ਨਾਲ ਸਦੀਵ ਸੁਖ ਤੇਨੂੰ ਪ੍ਰਾਪਤ ਹੋਏਗਾ ਤੂੰ ਗਾਵੋ ਮੇਰੇ ਨਿਰਭਉ ਕਾ ਸੋਹਲਾ ਹਉ ਵਾਰੀ ਜਤ ਸੋਹਲੇ ਸਦਾ ਸੁਖ ਹੋਏ ਉਸ ਮਾਲਕ ਦਾ ਸੋਹਲੇ ਦਾ ਗੀਤ ਖੁਸ਼ੀ ਦਾ ਗੀਤ ਗਾ ਤਾਂ ਕਿ ਤੇਰੇ ਨੂੰ ਹਿਰਦੇ ਨੂੰ ਵੀ ਸਕੂਨ ਮਿਲ ਸਕੇ ਅੰਦਰ ਨੂੰ ਟਿਕਾ ਮਿਲ ਸਕੇ ਇਹ ਸਿੱਖ ਧਰਮ ਦੇ ਬਾਣੀ ਧੰਗ ਗੁਰਨਾਨ ਨਹਿ ਮਹਾਰਾਜ ਜੀ ਦੀ ਰਸਨਾ ਤੋਂ ਚਾਰਨ ਕੀਤਾ ਹੋਇਆ ਹੋਲਾ ਬਾਣੀ ਦਾ ਪਹਿਲਾ ਸ਼ਬਦ ਜਿਸ ਦੀ ਆਪਾਂ ਰਲ ਮਿਲ ਕੇ ਵਿਚਾਰ ਸਾਂਝੀ ਕੀਤੀ ਹੈ ਸਾਧ ਸੰਗਤ ਜੀ ਆਓ ਇਦਾਂ ਹੀ ਆਪਾਂ ਸੁਰਤ ਟਿਕਾ ਕੇ ਬਾਣੀ ਦੇ ਨਾਲ ਸ਼ਬਦਾਂ ਨੂੰ ਸਮਝਦੇ ਜਾਈਏ ਵਿਚਾਰ ਕਰਦੇ ਜਾਈਏ ਤੇ ਆਪਣੀ ਜ਼ਿੰਦਗੀ ਨੂੰ ਅੰਦਰੋਂ ਅਮੀਰ ਕਰਦੇ ਜਾਈਏ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ